ਸਸ਼ੀਕਾਲ ਨਮਸਕਾਰ ਆਦਰ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੈਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਆਪਾਂ ਗੱਲ ਜਿਸ ਤਰ੍ਹਾਂ ਆਪਾਂ ਅੱਗੇ ਵੀ ਚੁੱਕਦੇ ਰਹਿੰਨੇ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਜ਼ਹਿਨ ਦੇ ਵਿੱਚ ਆਉਂਦੀਆਂ ਨੇ ਆਪਣੇ ਲੋਕਾਂ ਦੇ ਵਾਲੇ ਦੁਆਲੇ ਤੋਂ ਪਤਾ ਲੱਗਦੀਆਂ ਨੇ ਆਪਾਂ ਉਹਨਾਂ ਦੀ ਜਨਰਲ ਡਿਸਕਸ਼ਨ ਕਰ ਸਕਦੇ ਆ ਪੁੱਛ ਸਕਦੇ ਆ ਚਾਰ ਐਡਵਾਈਜ਼ਰ ਸਰਦਾਰ ਨਬਜੋਤ ਸਿੰਘ ਸਿੱਧੂ ਨੇ ਲਾਏ ਆਪ ਦੇ ਨਾਲ ਐਡਵਾਈਜ਼ਰ ਉੱਥੇ ਗੱਲ ਇਹ ਆ ਜਾਂਦੀ ਹੈ ਦਰਸ਼ਕੋ ਕਿ ਚਾਰੇ ਦੇ ਚਾਰੇ ਇੱਕ ਆਈਪੀਐਸ ਅਫੀਸਰ ਹੈ ਬਾਕੀ ਇੱਕ ਆਪਣੇ ਬਹੁਤ ਵੱਡੇ ਡਾਕਟਰ ਨੇ ਜਿਹੜੇ ਕਿ ਹੈਲਥ ਡਿਪਾਰਟਮੈਂਟ ਨਾਲ ਜੁੜੇ ਹੋਏ ਸੀਗੇ ਪਹਿਲਾਂ ਵੀ ਤੇ ਉਹ ਸਾਂਝੇ ਜੇ ਬੰਦੇ ਆ ਸਾਰੇ ਮਾਲਵਿੰਦਰ ਸਿੰਘ ਵਾਲੀ ਉਹ ਵੀ ਸਾਂਝੇ ਜੇ ਬੰਦੇ ਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀ ਡਾਕਟਰ ਅਮਰ ਸਿੰਘ ਆਪਾਂ ਉਹਨਾਂ ਦਾ ਕਹਿ ਸਕਦੇ ਆ ਕਿ ਚਲੋ ਉਹ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦੇ ਆ ਠੀਕ ਹੈ ਉਹ ਉਧਰ ਨੂੰ ਆਉਣਗੇ ਬਾਕੀ ਤਿੰਨ ਬੰਦਿਆਂ ਬਾਰੇ ਆ ਰਿਹਾ ਕਿ ਆ ਬੜੇ ਖਦਸ਼ੇ ਨੇ ਕਿ ਹੁਣ ਇਹ ਮਤਲਬ ਇਹ ਬੰਦੇ ਕਾਂਗਰਸ ਚਲੇਗੇ ਇਹਦਾ ਮਤਲਬ ਜੇ ਕਾਂਗਰਸ ਚ ਜੋ ਇਨਡਾਇਰੈਕਟਲੀ ਸ਼ਾਮਿਲ ਹੋ ਗਏ ਇਹ ਬੜੇ ਖਦਸ਼ੇ ਨੇ ਖਾਸ ਕਰਕੇ ਤੇ ਫਿਰ ਗੱਲ ਉੱਥੇ ਆ ਜਾਂਦੀ ਕਿ ਚਲੋ ਐਡਵਾਈਜ਼ਰ ਵੀ ਲਾ ਲੇ ਹੁਣ ਲੇਟ ਜਿਹੜੀ ਖਬਰ ਤੁਹਾਨੂੰ ਪਤਾ ਹੀ ਹੋਣਾ ਕਿ ਸਰਦਾਰ ਪ੍ਰਗਟ ਸਿੰਘ ਨੂੰ ਚੀਫ ਸੈਕਟਰੀ ਪੰਜਾਬ ਕਾਂਗਰਸ ਕਮੇਟੀ ਦਾ ਲਾ ਲਿਆ ਬਹੁਤ ਚੰਗੀ ਗੱਲ ਜਿੰਨੂ ਮਰਜੀ ਲਈ ਚੱਲੋ ਬਹੁਤ ਚੰਗੀ ਗੱਲ ਆ ਜਮਹੋਰੀਆ ਨਵਉਣ ਵਾਲੇ ਬੰਦੇ ਹੁੰਦੇ ਆ ਬਹੁਤ ਜਿਹੜੇ ਕਿ ਕੰਮ ਕਰਨਾ ਚਾਹੁੰਦੇ ਆ ਗੱਲ ਉੱਥੇ ਆ ਜਾਂਦੀ ਹੈ ਕਿ ਅ ਮੁੱਦੇ ਮੁੱਦੇ ਕਿਉਂਕਿ ਜਿਹੜੇ ਨਵਜੋਤ ਸਿੰਘ ਸਿੱਧੂ ਆ ਉਹਨਾਂ ਕੋਲ ਜਿਹੜੀ ਪਾਵਰ ਹੈ ਉਹ ਪਾਰਟੀ ਦੀ ਪਾਵਰ ਹੈ ਐਡਮਿਨਿਸਟ੍ਰੇਸ਼ਨ ਦੀ ਸਰਕਾਰ ਦੀ ਨਹੀਂ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਅ ਜਿੱਥੇ ਸਰਕਾਰ ਦੀ ਪਾਵਰ ਹੈ ਉਹ ਤੇ ਕੈਪਟਨ ਸਾਹਿਬ ਕੰਮ ਕਰ ਰਹੇ ਆ ਪਰ ਇਹਨਾਂ ਨੂੰ ਕੋਆਰਡੀਨੇਸ਼ਨ ਦੀ ਲੋੜ ਹੈ ਹੋ ਸਕਦਾ ਹੈ ਸਲਾਹ ਕਰ ਜ਼ਿਆਦਾ ਕੋਆਰਡੀਨੇਸ਼ਨ ਬਿਹਤਰ ਬਣਾਉਣ ਕੀ ਗੱਲਾਂ ਸਾਹਮਣੇ ਉੱਭਰ ਕੇ ਆਈਆਂ ਇਹਨਾਂ ਸਾਰੀਆਂ ਗੱਲਾਂ ਤੇ ਛਾਤ ਪਾਉਣ ਨੂੰ ਜਿਹੜੇ ਐਡਵਾਈਜ਼ਰ ਨੇ ਨਵੇਂ ਬਣੇ ਸਦਾ ਨਵਜੋਤ ਸਿੰਘ ਸਿੱਧੂ ਦੇ ਡਾਕਟਰ ਪਿਆਰੇ لال ਗਰਗ ਆਪਣੇ ਨਾਲ ਬਣੇ ਹੋਏ ਉਹਨਾਂ ਨਾਲ ਸਾਰੀਆਂ ਗੱਲਾਂ ਖੁੱਲ ਕੇ ਕਰਦੇ ਤੇ ਦੇਖਦੇ ਹੇ ਕਿਹੜੇ ਸਿਖਰਾਂ ਜਾ ਰਿਹਾ ਪਾਰਟੀ ਨੂੰ ਲੈ ਕੇ ਜਾਣਗੇ ਪਹਿਲਾਂ ਉਹਨਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਜਸ ਪੰਜਾਬੀ ਦੇ ਓਪਨ ਪਲੈਟਫਾਰਮ ਪ੍ਰੋਗਰਾਮ ਤੇ ਤੁਹਾਡਾ ਸ਼ੁਕਰੀਆ ਜੀ ਬਹੁਤ ਬਾਤ ਡਾਕਟਰ ਸਾਹਿਬ ਪਹਿਲਾਂ ਤਾਂ ਇਹ ਹੈ ਜੀ ਕਿ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਤੁਸੀਂ ਜੀ ਐਡਵਾਈਜ਼ਰ ਲੱਗੇ ਹੋ ਸਦਨ ਨਭ ਜੋਗ ਸਿੰਘ ਸਿੱਧੂ ਦੇ ਠੀਕ ਹੈ ਸ਼ੁਕਰੀਆ ਅ ਇੱਥੇ ਲੋਕਾਂ ਦੇ ਖਦਸ਼ੇ ਹੈ ਡਾਕਟਰ ਸਾਹਿਬ ਮੈਂ ਨਹੀਂ ਕਹਿੰਦਾ ਉਹ ਸਿਰਫ ਕਲੀਅਰ ਕਰਨਾ ਮੰਗਦੇ ਕਿ ਤੁਸੀਂ ਇਵਨ ਮਾਲਵਿੰਦਰ ਸਿੰਘ ਮਾਲੀ ਜੀ ਵੀ ਆ ਮੁਹੰਮਦ ਮੁਸਤਫਾ ਨਾਲ ਜਿਆਦਾ ਕਿਸ ਵਾਸਤਾ ਨਹੀਂ ਪਿਆ ਕਦੇ ਗੱਲ ਨਹੀਂ ਹੋਈ ਐਵੇਂ ਆਪਾਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦੇ ਆਪਾਂ ਗੱਲ ਤੁਹਾਡੀ ਕਰਦੇ ਤੁਸੀਂ ਬੜੇ ਸਾਂਝੇ ਜੇ ਬੰਦੇ ਹੋ ਤੁਸੀਂ ਬਾਦਲ ਸਾਹਿਬ ਦੇ ਨੂੰ ਵੀ ਕਦੇ ਐਡਵਾਈਸ ਦਿੰਦੇ ਰਹੇ ਹੋਵੋਗੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਹੋਰ ਵੀ ਆਉਂਦੇ ਹੋਣਗੇ ਹੁਣ ਇੱਕ ਖਾਸੇ ਇਹ ਜਿਹੜੇ ਚਾਲੂ ਹੈ ਡਾਕਟਰ ਸਾਹਿਬ ਕੀ ਹੁਣ ਤੁਸੀਂ ਕਾਂਗਰਸ ਪਾਰਟੀ ਨਾਲ ਅਸੋਸੀਏਟ ਕਰੋਗੇ ਇਹ ਕਲੀਅਰ ਕਰੋ ਇਹ ਮੈਂ ਪੱਲੇ ਦੇ ਨਹੀਂ ਕਲੀਅਰ ਕਰਤਾ ਸੀ ਅਖਬਾਰਾਂ ਛਪ ਗਈ ਚੁੱਕੇ ਸੀ ਟਾਈਮਜ਼ ਆਫ ਇੰਡੀਆ ਦੇ ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇ ਚ ਲੱਗਾ ਹੋਇਆ ਸੀ ਜੀ ਜੀ ਕਿ ਮੈਂ ਨਾ ਕਾਂਗਰਸ ਕਦੇ ਰਿਹਾਂ ਨਾ ਮੈਂ ਕਾਂਗਰਸ ਪਾਰਟੀ ਦਾ ਮੈਂਬਰ ਨਾ ਮੈਂ ਬੰਨ ਨਾ ਮੈਂ ਕੋਈ ਚੋਣ ਡੰਡੀਆਂ ਨਾ ਮੈਂ ਕੋਈ ਅਹੁਦਾ ਲੈਣਾ ਨਾ ਮੈਂ ਕੋਈ ਤਨਖਾਹ ਲੈਣੀ ਹੈ ਨਾ ਮੈਂ ਕੋਈ ਟੀਏਡੀਏ ਲੈਣਾ ਨਾ ਮੈਂ ਕੋਈ ਝੰਡੀ ਵਾਲੀ ਕਾਰ ਲੈਣੀ ਹੈ ਨਾ ਮੈਂ ਕੋਹਨ ਤੋਂ ਹੋਰ ਬੈਨੀਫਿਟ ਲੈਣਾ ਨਾ ਮੈਂ ਕਿਸੇ ਦਾ ਕੰਮ ਰੋਕਣਾ ਤੇ ਨਾ ਕਿਸੇ ਦਾ ਕੰਮ ਕਰਾਉਣਾ ਹੈ ਤੋ ਇਹ ਜਿਹੜਾ ਐਡਵਾਈਜ਼ਰ ਦੀ ਇਹਨਾਂ ਦੀ ਆਮ ਲੋਕਾਂ ਦੀ ਇੱਕ ਸਮਝ ਆਏ ਸਾਡਾ ਇਹ ਦੁਕਾਨ ਤਾਂ ਮੁਟਕਦਾ ਕਿ ਅਸੀਂ ਡੈਫੀਨੇਟ ਮੈਂ ਹਾਜੀ ਇੱਕ ਦੇਖ ਰਿਹਾ ਸੀ ਦਿੱਬੀ ਤੋਂ ਕਿਸਨ ਲਾਇਆ ਵੀ ਇਹਨਾਂ ਦੇ ਆਪ ਦੇ ਆਪ ਦੇ ਮੁਫਾਦ ਨੇ ਹੂੰ ਉਹ ਕੱਲ੍ਹ ਮੁਹੰਮਦ ਮੁਸਤਾਫਾ ਨੂੰ ਕਹਿ ਕੇ ਕਿ ਉਹਨਾਂ ਦਾ ਇਤਰਾ ਸੀ ਬਾਕੀ ਕੋਈ ਮੁਫਾਦ ਨਹੀਂ ਲੱ ਸਕਿਆ ਕਿਸੇ ਦਾ ਬਸ ਗੱਲ ਘੂਲ ਕਰਦੇ ਨੇ ਨਾ ਜੀ ਇੰਡੀਆ ਟੂਡੇ ਇੰਡੀਆ ਟੂਡੇ ਦਾ ਪੱਤਰਕਾਰ ਹੀ ਲਿਖ ਰਿਹਾ ਦਿੱਲੀ ਦਾ ਜੇ ਇੰਡੀਆ ਟੂਡੇ ਦੇ ਵਿੱਚ ਇਹੋ ਜੀ ਗੱਲ ਛੱਪ ਸਕਦੀ ਹੈ ਕਿ ਭਾਈ ਤੂੰ ਦੱਸ ਤਾਂ ਦੇ ਬਫਾਦ ਕੀ ਹੈ ਫਿਰ ਹੂੰ ਹੂੰ ਸੋ ਇਸ ਕਰਕੇ ਲੋਕਾਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਕੁਝ ਵੀ ਲੋਕ ਤਾਂ ਕੁਝ ਵੀ ਕਹਿਣਗੇ ਲੋਕਾਂ ਦੇ ਗੁਰੂ ਨਾਨਕ ਦੇਵ ਜੀ ਤੋਂ ਖਾਤਾ ਸੀ ਇਸ ਕਣੀਓ ਪੰਜ ਪੀਠੀਆਂ ਕਿਉਂ ਕਰ ਰੱਖਾ ਪਾਤ ਜੇ ਬੋਲਣਾ ਤਾਂ ਆਕੇ ਬੁੜਬੁੜ ਕਰੇ ਬਹੁਤ ਜੀ ਚੁੱਪ ਕਰਾਤਾ ਆਕੇ ਇਹ ਘੱਟ ਨਹੀਂ ਮਾਰੀ ਦੂਜੀ ਗੱਲ ਜੀ ਕਿਸੇ ਨੂੰ ਵਿਸ਼ਵਾਸ ਨਹੀਂ ਹੋਏਗਾ ਕਿਉਂਕਿ ਨਾਮ ਹੈ ਇਹ ਜਰੂਰੀ ਆ ਵੀ ਮੈਂ ਹੁਣ ਵਿਸ਼ਵਾਸ ਮੈਂ ਕਿਹਨੂੰ ਕਿਹਨੂੰ ਕਰਾਵਾਂਗਾ ਜੀ 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 ਬਿਰਜੂ ਬਲੀ ਕੀ ਤੁਹਾਨੂੰ ਇਹ ਯਕੀਨ ਹੋ ਸਕਦਾ ਵੀ ਮੈਂ ਕਦੇ ਸਿੱਧੂ ਸਾਹਿਬ ਨੂੰ ਅੱਜ ਤੱਕ ਵੀ ਨਹੀਂ ਮਿਲਿਆ ਨਾ ਮੈਨੂੰ ਮਿਲਦੇ ਨੇ ਜੀ 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 ਕਦੇ ਫੇਸ ਟੂ ਫੇਸ ਤੋਂ ਫੇਸ ਦਾ ਛੱਡੋ ਉਦਾਂ ਹੀ ਆਏ ਦੂਰੋਂ ਵੀ ਨਹੀਂ ਮਿਲੇ ਹੂੰ 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 ਦੂਰੋਂ ਖੜੇ ਨਹੀਂ ਜੇ ਮੈਂ ਆਇ ਤਕਣਾ ਜੀ 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 ਹੁਣ ਇਹ ਗੱਲ ਆਗਲੇ ਕਰਨੀ ਹੈ ਵੀ ਇਹ ਤੇ ਤੰਪਰਾ ਹਰ ਨਹੀਂ ਦੀ ਗੱਲ ਹੈ ਸੋ ਲੋਕਾਂ ਨੂੰ ਬਹੁਤ ਕੁਝ ਅੱਛਾ ਜਿੱਥੋਂ ਤੱਕ ਸਵਾਲ ਹੈ ਸਲਾਹ ਕਰ ਰਹੇ ਹਾਂ ਨਾ ਮੈਂ ਭਾਰਤ ਸਰਕਾਰ ਦਾ ਸਲਾਹ ਕਰ ਰਹੇ ਹਾਂ ਸਾਕਰਤਾ ਮੇਜਨ ਵਾਸਤੇ ਜਿਹੜੇ ਚਾਰ ਪ੍ਰਾਈਮ ਮਿਨਿਸਟਰ ਸਾਹਿਬ ਆਏ ਨਰਸਿਮਹਾ Rao ਜੀ ਹੂੰ ਹੂੰ ਗੁਜਰਾਲ ਸਾਹਿਬ ਜੀਵੇ ਗੋਡਵਾ ਜੀ ਤੇ ਅਟਲ ਦੇਵਰੀ ਬਾਜਪਾਈ ਜੀ ਹੂੰ ਹੂੰ ਅਟਲ ਦੇਵਰੀ ਬਾਜਪਾਈ ਜੀ ਨੇ ਸਾਨੂੰ ਇੱਥੇ ਰੋਪੜ ਜਿਹੜਾ ਸਾਡਾ ਫਸਟ ਆਇਆ ਸੀ ਲਿਟਰੇਸੀ ਚ ਉਹਦਾ ਇਨਾਮ ਵੀ ਜਿਹੜੇ ਅੱਜ ਮੌਜੂਦ ਦਾ ਚੀਫ ਸਕੱਟਰੀ ਨੇ ਪੰਜਾਬ ਸਰਕਾਰ ਦੇ ਸ਼੍ਰੀਮਤੀ ਵਿੰਨੀ ਮਹਾਜਨ ਜੀ ਉਹਨਾਂ ਦੇ ਨਾਮ 'ਤੇ ਜਾ ਕੇ ਉਹ ਅਸੀਂ ਅਵਾਰਡ ਰਿਸੀਵ ਕਰਿਆ ਸੀ ਹਾਂ ਅਗਲੀ ਗੱਲ ਜਿਹੜੀ ਮੈਂ ਕਹਾਂਗਾ ਉਹ ਇਹ ਹੈ ਵੀ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਮੇਰੇ ਮੇਰੇ ਤਾਂ ਓਪਨ ਕਿਤਾਬ ਹੈ ਜਿਹੜਾ ਮਰਜ਼ੀ ਵਿੱਚੋਂ ਰਾਏ ਲੈ ਦੇ। ਹੂੰ ਹੂੰ। ਮਰੀਜ਼ ਲੈ ਲੈ ਰਾਏ, ਪੋਲੀਟੀਸ਼ੀਅਨ ਲੈ ਲੈ ਰਾਏ, ਕੋਈ ਐਜੂਕੇਸ਼ਨ ਪਾਸ ਤੇ ਲੈ ਲੈ ਰਾਏ, ਕੋਈ ਹਸਪਤਾਲਾਂ ਵਾਸਤੇ ਲੈ ਲੈ, ਕੋਈ ਮਹਿਕਮਾ ਲੈ ਰੋ ਮੈਂ ਤੋਂ ਨੰਦੇ ਰਹਨੇ ਰਹੇ ਆ। ਮੈਂ ਰਿਟਾਇਰ ਹੋਣ ਤੋਂ ਮੈਨੂੰ ਹੋ ਗਏ 12 ਸਾਲ। ਹੂੰ ਹੂੰ। 12 ਸਾਲ ਵਿੱਚ ਸਿਹਰੀਆਂ ਕਮੇਟੀਆਂ ਤੇ ਰਿਹਾ। ਅਕਾਲੀ ਸਰਕਾਰ ਨੇ ਜੀ। ਇਹ ਆਪ ਨੇ ਸੇਖੋਆ ਸਾਹਿਬ ਨੇ ਕਮੇਟੀ ਬਣਾਈ ਸੀ ਐਜੂਕੇਸ਼ਨ ਦੇ ਸੁਧਾਰ ਵਾਸਤੇ। ਹੂੰ। ਫਾਈ ਪਬਲਿਕ ਕਮੇਟੀ। ਮੈਂ ਉਹਦਾ ਵੀ ਮੈਂਬਰ ਸੀ। ਹੂੰ ਹੂੰ ਹੂੰ। ਅਰ ਮੈਂ ਉਥੇ ਕਿਹਾ ਮੈਂ ਤੁਹਾਨੂੰ ਤਾਂ ਦੱਸਦਾ ਮੈਂ ਪਹਿਲੀ ਮੀਟਿੰਗ ਜਦੋਂ ਮੰਤਰੀ ਜੀ ਕਰਨ ਲੱਗੇ ਪਹਿਲਾਂ ਤਾਂ ਇੱਕ ਸੈਕਟਰੀ ਜਿਹੜਾ ਮੇਰਾ ਮਿੱਤਰ ਸੀ ਜੀ ਜੀ ਉਹਨੇ ਕਿਹਾ ਵੀ ਇਹ ਤਾਂ 2 ਘੰਟੇ ਚ ਰਿਪੋਰਟ ਨਹੀਂ ਕੀ ਜਾ ਸਕਦੀ ਹੈ ਉਹ ਮੈਂ ਕਿਹਾ ਜੀ ਇਹਨਾਂ ਤੋਂ ਲਖਾ ਲਓ ਉਹ ਮੇਰਾ ਪੂਰਾ ਐ ਮੈਂ ਜਿਵੇਂ ਤੁਹਾਨੂੰ કહਾਂ ਵੀ ਗੁਰੂ ਲਾਲ ਜੀ ਆਜਾ ਜਦ ਛੋਟਾ ਜਾ ਕੰਮ ਕਰ ਮਤਲਬ ਉਹਨੂੰ ਫੋਨ ਕਰਕੇ ਜਦ ਮਰਜੀ ਬਿਨਾ ਫੋਨ ਕਰੇ ਜਾ ਰਹਾ ਹਾਂ ਉਹਦੇ ਦਫ਼ਤਰ ਪ੍ਰਿੰਸੀਪਲ ਸੈਕਟਰੀ ਤੇ ਮੈਂ ਜੀ ਇਹਨਾਂ ਤੋਂ ਕਰਾ ਲਓ 2 ਘੰਟੇ ਜੇ ਹੋ ਸਕਦੀ ਹੈ ਫਿਰ ਕਹਨੂੰ ਐਵੇਂ ਇੱਥੇ ਸਾਨੂੰ ਬਿਠਾਇਆ ਦੂਜਾ ਹਾਂ ਜੇ ਮੰਤਰੀ ਜੀ ਪਹਿਲਾਂ ਤੁਸੀਂ ਇਹ ਫੈਸਲਾ ਕਰੋ ਵੀ ਤੁਸੀਂ ਲੋਕਾਂ ਨੂੰ ਕੁੱਟ ਕੇ ਰਾਜ ਕਰਨਾ ਹੈ ਕਿ ਸਿਹਤ ਤੇ ਸਿੱਖਿਆ ਦੇ ਕੇ ਰਾਜ ਕਰਨਾ ਹੈ ਜੀ 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 ਨਹੀਂ ਜੀ ਕਹਿੰਦੇ ਤੁਹਾਡੇ ਵਰਗੇ ਦਾਨਸ਼ਵੰਦ ਅਸੀਂ ਇਹਦੇ ਵਾਸਤੇ ਲਾਏ ਨੇ ਕਿ ਆਪਾਂ ਸਿੱਖਿਆ ਦਾ ਸੁਧਾਰ ਕਰੀਏ ਮੈਂ ਵੈਸੇ ਜੀ ਮੈਨੂੰ ਬਜਟ ਦੇ ਹਿਸਾਬ ਨਾਲ ਤਾਂ ਸਾਰੀਆਂ ਸਰਕਾਰਾਂ 1978 ਤੋਂ ਲੈ ਕੇ ਇਹੀ ਹੁੰਦਾ ਆ ਰਿਹਾ ਹੈ ਕਿ ਵੀ ਪੁਲਿਸ ਦਾ ਬਜਟ ਵਧ ਰਿਹਾ ਹੈ ਤੇ ਸਿੱਖਿਆ ਤੇ ਸਿਹਤ ਦਾ ਘਟ ਰਿਹਾ ਹੈ ਕੀ ਤੋਂ ਮੈਨੂੰ ਐਂ ਲੱਗਦਾ ਵੀ ਆਪਾਂ ਲੋਕਾਂ ਨੂੰ ਸਿਹਤਮੰਦ ਬਣਾ ਕੇ ਸਿਆਣੇ ਬਣਾ ਕੇ ਰਾਜ ਨਹੀਂ ਕਰਨਾ ਚਾਹੁੰਦੇ ਰਾਜ ਤਾਂ ਤੁਸੀਂ ਹੀ ਕਰਨਾ ਪਵੇ ਟੀਚਰਾਂ ਨੇ ਹੈਂ ਅਸੀਂ ਕੁੱਟ ਕੇ ਰਾਜ ਕਰਨਾ ਚਾਹੁੰਦੇ ਆ ਸੋ ਜੇ ਮੈਂ ਇਹ ਜਿਸ ਮੰਤਰੀ ਉਹਨਾਂ ਨੂੰ ਵੀ ਮੈਂ ਨਹੀਂ ਜਾਣਦਾ ਸੀ ਉਹਨਾਂ ਨੂੰ ਵੀ ਮੈਂ ਕਦੇ ਨਹੀਂ ਮਿਲਿਆ ਸੀ ਜਿਸ ਮੰਤਰੀ ਨੇ ਮੈਨੂੰ ਉਹ ਕਮੇਟੀ ਪੰਜ ਮੈਂਬਰੀ ਚ ਲਾਇਆ ਹੋਵੇ ਉਹਨੂੰ ਪਹਿਲੀ ਮੀਟਿੰਗ ਕੀ ਤੁਸੀਂ ਇਹ ਗੱਲ ਬੋਲਦੋਂਗੇ ਜੀ ਸਾਹਦੇ ਸਾਹਮਣੇ ਸੋ ਕਿਉਂ ਏ ਕੋ ਮੈਂ ਬੇਸ਼ਤੀ ਵਾਸਤੇ ਨਹੀਂ ਬੋਲਦਾ ਮੈਂ ਕਹਿੰਦਾ ਜੀ ਤੁਸੀਂ ਪਹਿਲਾਂ ਐ ਤੈਅ ਕਰੋ ਵੀ ਆਪਾਂ ਕਰਨਾ ਕੀ ਹੈ ਕਰਨਾ ਕੀ ਹੈ ਜੀ 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 ਜੇ ਮੈਨੂੰ ਇਹ ਮਨਜ਼ੂਰ ਹੋਏਗਾ ਮੈਨੂੰ ਕੈਪਟਨ ਸਾਹਿਬ ਨੇ ਲਾਇਆ ਰਜਿਸਟਰ ਮੈਨੂੰ ਇੱਕ ਦਿਨ ਇਹ ਤਾਂ 1 ਸਾਲ ਹੀ ਰਹੇ ਉਦੋਂ ਬਾਅਦ 2 ਸਾਲ ਰਹੇ ਆਪਣਾ ਬਾਦਲ ਸਾਹਿਬ ਦੀ ਸਰਕਾਰ ਦੀ ਦੋ ਟਰਮ ਹਾਂਜੀ ਦੋ ਟਰਮ ਹਾਂਜੀ ਹਾਲਾਂਕਿ ਬੀਜੇਪੀ ਦੀ ਸਰਕਾਰ ਦਾ ਮੰਤਰੀ ਉਹਨਾਂ ਦਾ ਸੈਕਟਰੀ ਉਹਨਾਂ ਦਾ ਡਾਇਰੈਕਟਰ ਸਾਰੇ ਸਾਡੇ ਖਿਲਾਫ ਸੀਗੇ ਇਹਦੇ باوجود ਸਾਨੂੰ ਕਿਸੇ ਪੋਲੀਟੀਸ਼ੀਅਨ ਨੇ ਨਾ ਅਕਾਲੀਆਂ ਦੇ ਨੇ ਨਾ ਕਾਂਗਰਸੀ ਉਹਨੇ ਬੀਜੇਪੀ ਅੱਦਾਂ ਵੈਸੀ ਨਹੀਂ ਉਹਨਾਂ ਤੋਂ ਪਤਾ ਸੀ ਮੰਤਰੀ ਕਹਿੰਦਾ ਸੀ ਯਾਰ ਉਹਨਾਂ ਨੂੰ ਨਹੀਂ ਮੈਂ ਕਹਿ ਸਕਦਾ ਉਹ ਨਹੀਂ ਸੁਣਦੇ ਮੇਰੀ ਕਿਸੇ ਨੇ ਤਾਂ ਕਹਿੰਦਾ ਜੀ ਨਹੀਂ ਕਰੀ ਮੈਂ ਅੱਜ ਉਹਰੇ ਬੈਠ ਕੇ ਕਹਾਂ ਬਈ ਲੋਕੋ ਜੀ ਮੈਨੂੰ ਤਾਂ ਕੈਪਟਨ ਸਾਹਿਬ ਨੇ ਇਹੋ ਜਿਹਾ ਸਨੇਹਾ ਦਿੱਤਾ ਸੀ ਮੈਂ ਤਾਂ ਤਾਂ ਐ ਹੋ ਗਿਆ ਹੈ ਜਾਂ ਮੈਨੂੰ ਫਲਾਣਾ ਬਾਦਲ ਸਾਹਿਬ ਨੇ ਮੈਨੂੰ ਇੱਕ ਨੇ ਇੱਕ ਕਿਸੇ ਨੇ ਨਹੀਂ ਕਿਹਾ ਔਰ ਇੱਕ ਵਾਰੀ ਉਹਨਾਂ ਦੇ ਮੰਤਰੀ ਤੋਂ ਦੁਖੀ ਹੋ ਗਏ ਜਿਹੜਾ ਇਹ ਮੈਡੀਕਲ ਐਜੂਕੇਸ਼ਨ ਦਾ ਸੀ ਅਸੀਂ ਚੱਲ ਗਏ ਕਪੂਰਥਲਾ ਉਸ ਬਾਦਲ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਆ ਚੱਕੋਪ ਦਾ ਰੈਜ਼ੀਗਨੇਸ਼ਨ ਅਸੀਂ ਲੈਣਾ ਕੀ ਹੈ ਇੱਥੋਂ ਅਸੀਂ ਤਾਂ ਤੁਸੀਂ ਕਿਹਾ ਵੀ ਕੰਮ ਚਲਾਉਣਾ ਹੈ ਯੂਨੀਵਰਸਿਟੀ ਦਾ ਪੱਠਾ ਵੇਖਿਆ ਤੇ ਇਹਨੂੰ ਠੀਕ ਕਰਨਾ ਹੈ ਅੱਜ ਤਾਂ ਉਹਦੇ ਤੇ ਲੱਗੇ ਹੋયા ਅਸੀਂ ਉਹ ਕਿਨਾਂ ਨਾ ਸੀ ਸਾਈਕਲ ਤੇ ਜਾਣ ਵਾਲੇ ਬੰਦੇ ਰੋਟੀ ਆਪਣੀ ਘੋਡੋਂ ਲੈ ਕੇ ਜਾਂਦੇ ਆ ਬਾਦਲ ਸਾਹਿਬ ਨੇ ਜੋ ਕਿਹਾ ਕਾਕਾ ਜੀ ਬਸ ਮੇਰਾ ਟਾਈਮ ਕਟਾ ਲਓ ਅਸੀਂ ਥੋੜਾ ਜਾਂ ਹੂੰ 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 ਜੋ ਕਹੂੰ ਦੋ ਕਰਦਾਗਾ ਐਵੇਂ ਹੈ ਆਈ ਹੈਵ ਵਾਟ ਟੂ ਬੀ ਦ ਆਲ ਟਾਈਪਸ ਆਫ ਸੀਜ਼ਨਸ ਜੀ 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 ਮੈਂ ਪ੍ਰਿਆਨ ਸਿੰਘ ਦੇ ਬੜਾ ਨੇੜੇ ਰਿਹਾ ਇਹਦਾ ਜੀ ਥੋੜਾ ਮੈਂ ਕਾਂਗਰਸੀ ਬਣ ਗਿਆ ਜੀ 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 ਉੱਥੇ ਡਾਕਟਰ ਸਾਹਿਬ ਨੂੰ ਜੀ ਜੀ ਨੂੰ ਲਾਲਜੀ ਤੇ ਮੈਂ ਕਹੇ ਤੋਂ ਫਟਾਹ ਕਰ ਦੇਣਾ ਇਹਦਾ ਮੈਂ ਜੱਸੀ ਵੀ ਤਾਂ ਬੰਦਾ ਬਣ ਗਿਆ ਰਾਈਟ 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 ਸਹੀ ਗੱਲ ਹੈ ਸਹੀ ਗੱਲ ਉਹ ਸਿਰਫ ਉਹ ਖਦਸ਼ੇ ਕੱਢਣੇ ਆਪਾਂ ਮੁੱਦਿਆਂ ਦੇ ਹਾਂ ਮੈਂ ਕੋਈ ਮੈਂ ਕੋਈ ਗਲਤੀ ਨਹੀਂ ਕਰ ਰਿਹਾ ਮੈਂ ਤਾਂ ਸਿਰਫ ਕਲੈਰੀਫਿਕੇਸ਼ਨ ਦੇ ਰਿਹਾ ਹਾਂ ਕਲੈਰੀਫਿਕੇਸ਼ਨ ਇੱਥੇ ਲੋਕਾਂ ਦੇ ਕਿਉਂਕਿ ਤੁਸੀਂ ਇਕੱਲੇ ਸਾਡੇ ਨਾਲ ਨਹੀਂ ਹੋ ਹੋਰ ਟੀਵੀਾਂ ਤੇ ਵੀ ਆਉਂਦੇ ਹੋ ਤੇ ਜਿਹੜੇ ਕੁਐਸਚਨ ਖੜੇ ਆ ਉਹ ਤੁਹਾਡਾ ਕਲੀਅਰ ਕਰ ਰਹੇ ਆ ਲੋਕਾਂ ਦੀ ਕਚਾਰੀ ਚ ਆਪਾਂ ਦਾ ਮੈਂ ਤਾਂ ਇਹੀ ਦੱਸਿਆ ਬਸ ਮੇਰੀ ਡਿਊਟੀ ਹੈ ਮੇਰੀ ਡਿਊਟੀ ਹੈ ਦੱਸਣਾ ਲੋਕਾਂ ਨੂੰ ਮੈਂ ਪਬਲਿਕ ਮੈਂ ਨਾ ਹਾਂਜੀ ਮੇਰੀ ਡਿਊਟੀ ਹੈ ਕਿ ਜਿਹੜਾ ਮੈਨੂੰ ਸਵਾਲ ਕਰੇ ਕੋਈ ਵੀ ਮੈਨੂੰ ਐ ਨਹੀਂ ਕਹਿ ਸਕਦਾ ਮਿਤੂੰ ਤੁੰਗ ਹੈ ਉਹ ਕਦਰ ਸਵਾਲ ਹਰ ਇੱਕ ਦਾ ਅਧਿਕਾਰ ਹੈ ਮੈਂ ਪਬਲਿਕ ਮੈਂ ਨਾ ਮੇਰੇ ਵਿੱਚ ਸਵਾਲ ਚੁੱਕਣਾ ਹਰ ਇੱਕ ਨੂੰ ਅਧਿਕਾਰ ਹੈ ਅੰਮ੍ਰਿਤਕ ਬੇਨਤੀ ਹੈ ਵੀ ਜੇ ਸਵਾਲ ਚੁੱਕਦੇ ਹੋ ਜਵਾਬ ਲੈ ਲਿਆ ਕਰੋ ਜਵਾਬ ਲੈ ਲਿਆ ਕਰੋ ਸਹੀ ਗੱਲ ਪੂਰਾ ਸੁਣ ਲਿਆ ਕਰੋ ਠੀਕ ਠੀਕ ਵੈਰੀ ਗੁੱਡ ਡਾਕਟਰ ਸਾਹਿਬ ਦੋ ਤਿੰਨ ਖਦਸ਼ੇ ਕਲੀਅਰ ਕਰੋ ਉਸ ਤੋਂ ਬਾਅਦ ਇੱਕ ਦੋ ਮੁੱਦਿਆਂ ਤੇ ਵੀ ਆਪਾਂ ਆਉਣੇ ਆ ਹਾਂ ਜਿੱਦਾਂ ਦੀ ਤੁਹਾਡੀ ਪਰਸਨੈਲਿਟੀ ਹੈ ਡਾਕਟਰ ਸਾਹਿਬ ਤੁਹਾਡੇ ਵਰਗੇ ਦੋ ਤਿੰਨ ਬੰਦੇ ਹੋਰ ਵੀ ਹੈ ਤੁਹਾਡੀ ਜਿੱਦਾਂ ਦੀ ਪਰਸਨੈਲਿਟੀ ਹੈ ਕੀ ਆ ਸੱਚ ਆ ਤੇ ਆ ਝੂਠ ਆ ਇਦਾਂ ਕਰ ਲੋ ਤਾਂ ਕੱਲ ਬਣ ਜੂਗੀ ਇਦਾਂ ਕਰੋਗੇ ਤਾਂ ਗੱਲ ਉੱਥੇ ਗਈ ਉੱਥੇ ਰਹਿ ਜੂਗੀ ਆ ਕੁਝ ਨੈਗੇਟਿਵ ਹੋ ਜਾਊਗਾ ਅ ਤੁਸੀਂ ਸਿੱਧੂ ਸਾਹਿਬ ਨੇ ਤੁਹਾਨੂੰ ਕੀਤਾ ਚਲੋ ਸਾਡੇ ਮਾਣਯੋਗ ਨੇ ਉਹ ਵੀ ਸਾਰੇ ਤੁਸੀਂ ਵੀ ਉਹ ਅ ਰੱਜ ਕੇ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਇੱਕ ਨਾ ਕੁਐਸਚਨ ਲੋਕਾਂ ਦੇ ਆਲੇ ਦੁਆਲੇ ਮੈਨੂੰ ਪੁੱਛੇ ਕਿਸੇ ਨੇ ਪਰਸਨਲੀ ਮੈਂ ਸਿੱਧਾ ਤੁਹਾਨੂੰ ਹੀ ਪੁੱਛ ਕੇ ਮੈਨੂੰ ਪਤਾ ਤੁਹਾਡਾ ਆਨਸਰ ਕੀ ਆਊਗਾ ਤੁਸੀਂ ਕਿਹ ਮਨ ਲਓ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਆਹ ਕੰਮ ਮੈਂ ਕਰਨਾ ਡਾਕਟਰ ਸਾਹਿਬ ਮੈਨੂੰ ਦੱਸੋ ਮੈਂ ਇਦਾਂ ਕਰਨਾ ਤੇ ਤੁਹਾਨੂੰ ਲੱਗਦਾ ਵੀ ਨਹੀਂ ਸਿੱਧੂ ਸਾਹਿਬ ਜੇ ਆਹ ਕੀਤਾ ਤਾਂ ਨਾ ਨੁਕਸਾਨ ਹੋਊਗਾ ਪੰਜਾਬ ਦਾ ਤੇ ਤੁਸੀਂ ਕੀ ਇਹ ਇਹ ਦਿਮਾਗ 'ਚ ਲੈ ਕੇ ਚੱਲੋਗੇ ਵੀ ਜਿਵੇਂ ਨੰਨਾ ਪਾਇਆ ਤੇ ਸਿੱਧੂ ਸਾਹਿਬ ਮੈਨੂੰ ਡਿਸਲਾਈਕ ਕਰਨਗੇ ਤੇ ਫਿਰ ਮੈਂ ਉਹਨਾਂ ਦੇ ਪਿੱਛੇ ਹਟ ਜਾਊਂਗਾ ਆਹ ਫੀਲਿੰਗ ਲੈ ਕੇ ਤਾਂ ਤੁਸੀਂ ਅੱਗੇ ਨਹੀਂ ਵਧ ਰਹੇ ਨਾ ਬਸ ਇਹ ਕਲੀਅਰ ਰੱਖੋ ਮੈਂ ਸਭ ਤੁਸੀਂ ਕੁਐਸਚਨ ਸਮਝ ਗਏ ਨਾ ਮੈਂ ਕਹਿਣਾ ਕਿ ਯਾਰ ਪੁੱਛਣੇ ਕੀ ਚਾਹ ਰਹੇ ਨਹੀਂ ਸਰ ਨਹੀਂ ਕਰਦਾ ਜੀ 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 ਹਮ ਤਾਂ ਮੇਰਾ ਕੋਈ ਸਟੇਕ ਦੀ ਕੁਛ ਨਹੀਂ ਹੈ ਉਹਨਾਂ ਨੇ ਮੈਨੂੰ ਆਪ ਫੋਨ ਕਰਕੇ ਕਿਹਾ ਕਿ ਮੈਂ ਤੁਹਾਡੀ رائے ਲੈਣੀ ਹੈ ਜੀ ਮੈਂ ਆਖਿਆ ਜੀ ਮੈਂ ਤਾਂ رائے ਹਰੀਖ ਨੂੰ ਦੇ ਦਿੰਦਾ ਜੀ ਤੁਸੀਂ ਲੈ ਲਿਆ ਕਰੋ ਜੀ ਮੈਨੂੰ ਕਿਹਾ ਫੋਨ ਕਰਕੇ ਕਿ ਮੈਂ ਨਵਜੋ ਸਿੰਘੂ ਬੋਲ ਰਿਹਾ ਹਾਂ ਹਾਂ ਡਾਕਟਰ ਸਾਹਿਬ ਮੈਂ ਤੁਹਾਡੀ رائے ਲੈਣੀ ਹੈ ਮੈਂ ਜੀ ਲੈ ਲਿਆ ਕਰੋ ਮੈਂ ਤਾਂ ਹਰੀਖ ਨੂੰ ਹੀ ਦਿੰਦਾ ਰਏ ਮੈਂ ਤਾਂ ਜਿੱਦ ਮੈਂ ਕੀ ਕਰ ਰਿਹਾ ਲੈਣੀ ਨਹੀਂ ਮੈਂ ਤੁਹਾਨੂੰ ਸਲਾਹ ਕਰ ਰਹਣਾ ਮੈਂ ਥੋੜੀ ਜੀ ਡੈਂਕੀ ਕਹਾਂਗਾ ਜੀ ਕੋਈ ਨਹੀਂ ਮੈਂ ਕਿਹਾ ਜੀ ਸਲਾਹ ਕਰ ਲਾ ਕੇ ਕੀ ਕਰਨਾ ਮੈਂ ਪਹਿਲਾਂ ਹੀ ਕਹਿੰਦੀ ਦੱਸਦੀ ਵੀ ਮੈਂ ਕਿਹਾ ਕੁਝ ਕੋਈ ਬੈਨੀਫਿਟ ਲੈਣਾ ਹੈ ਮੈਂ ਤਾਂ ਆਪਣੀ ਰੋਟੀ ਨਾਲ ਲੈ ਕੇ ਜਾਣ ਵਾਲਾ ਬੰਦਾ ਮੈਨੂੰ ਗੱਡੀ ਤਾਂ ਚਲਾਉਣੀ ਨਹੀਂ ਆਉਂਦੀ ਨਾ ਮੈਨੂੰ ਸਕੂਟਰ ਚਲਾਉਣਾ ਆਉਂਦਾ ਪਰ ਮੈਂ ਉਹਦਾ ਤਾਂ ਕਰਕੇ ਜਾ ਹੀ ਸਕਦਾ ਨਾ ਜੇ ਮੀਟਿੰਗ ਫਿਰ ਆਉਣਗੇ ਮੈਂ ਆਪਦੇ ਕੋਲੋਂ ਮੈਂ ਦਾ ਸਕਦਾ 2400 ਰੁਪਿਆ ਜਿਹੜਾ ਮੀਟਿੰਗ ਤੇ ਜਾਣ ਵਾਸਤੇ ਲੱਗੇਗਾ ਰੋਟੀ ਵਾਪ ਦੀ ਨਾਲ ਲੈ ਕੇ ਜੰਨਾ ਮੈਂ ਤਾਂ ਹੁਣ ਵੀ ਇਹੀ ਕਰਦਾ ਮੈਨੂੰ ਅੱਜ ਦੀ ਗੱਲ ਮੈਂ ਤਾਂ ਪੀਜੀਏ ਚ ਵੀ ਜਾਂਦਾ ਸੀ ਉਹ ਵੀ ਸਾਈਕਲ ਤੇ ਜਾਂਦਾ ਸੀ ਪੀਜੀਏ ਚ ਸੋ ਇਹ ਲੋਕ ਤਾਂ ਇਹ ਵੀ ਨਹੀਂ ਕੋਈ ਵਿਸ਼ਵਾਸ ਕਰ ਸਕਦੇ ਵੀ ਪੀਜੀਏ ਚ ਡਾਕਟਰ ਲੱਗਿਆ ਹੋਵੇ ਜੋ ਸਾਈਕਲ ਤੇ ਜਾਂਦਾ ਹੋਵੇ ਤੇ ਉਹਨੂੰ ਸਕੂਟਰ ਕਾਰ ਚਲਾਉਣੀ ਨਾ ਆਉਂਦੀ ਹੋਵੇ ਇਹ ਮੰਨਣਾ ਹੈ ਅਗਲੇ ਨੂੰ ਜੀ ਜਾਂ ਫਿਰ ਕਹਿੰਗੇ ਮੂਰਖਾ ਜਰ ਜਿਹਨੂੰ ਕ ਨੜਾਇਕ ਉਹਨਾ ਚੋਇਸ ਕਰ। ਸੋ ਮੈਂ ਜਿੱਥੋਂ ਤੱਕ ਸਵਾਲ ਹੈ ਜਦ ਮੇਰੀ رائے ਕੋਈ ਵੀ ਮੰਗੀ ਜਾਏਗੀ ਮੈਂ ਉਹ ਨਿਤੜਕ رائے ਦਿੰਦਾ। ਸ਼ਬਦ ਚੋਣ ਹਮੇਸ਼ਾ ਮੈਂ ਚੰਗੀ ਰੱਖਣਾ। ਸ਼ਬਦ ਚੋਣ ਮੈਂ ਮੰਨ ਕਰਕੇ ਨਹੀਂ ਰਾਜੀ। ਪਰ ਮੈਂ ਬਿਲਕੁਲ ਲਿਖ ਕੇ ਕਹਿੰਦਾ ਮੈਂ ਸਰਕਾਰ ਜੀ ਨੌਕਰੀ ਚ ਹੁੰਦਾ ਲਿਖ ਕੇ ਕਹਿੰਦਾ ਸਿਫਾਈਆਂ ਤੇ ਮੈਨੂੰ ਇੱਕ ਵਾਰੀ ਇੱਕ ਸੱਤਰ ਨੇ ਕਿਹਾ ਕਿ ਡਾਕਟਰ ਸਾਹਿਬ ਤਾਂ ਸੀਐਮ ਦੇ ਨਾਲ ਬੜਾ ਸੈਂਟੀਮੈਂਟਲ ਪ੍ਰੋਗਰਾਮ ਹੈ। ਮੈਂ ਜੀ ਹੋਊਗਾ ਉਹਨਾਂ ਦਾ ਸੈਂਟੀਮੈਂਟਲ ਫੈਸਲਾ ਤਾਂ ਉਹਨਾਂ ਨੇ ਹੀ ਕਰਨਾ ਹੈ। ਪਰ ਮੈਨੂੰ ਜੋ ਠੀਕ ਲੱਗਦਾ ਮੈਂ ਜਿਹੜਾ ਤੁਸੀਂ ਪੁੱਛਿਆ ਮੈਂ ਮੁੱਖ ਮੰਤਰੀ ਦੇ ਪ੍ਰੋਗਰਾਮ ਤੇ ਲਿਖਿਆ ਵੀ ਪ੍ਰੋਗਰਾਮ ਦਾ ਕੋਈ ਫਾਇਦਾ ਨਹੀਂ ਹੈ ਵੇਸਟੇਜ ਹੋਣੀ ਹੈ ਜੀ 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 ਕਿ ਪਾਇਟਾ ਨੂੰ ਪੈਸਾ ਜਾ ਰਿਹਾ ਹੈ ਸਾਨੂੰ ਐਂ ਕਰਨਾ ਚਾਹੀਦਾ ਹੈ ਇਸੇ ਇਸ਼ੂ ਦੇ ਉੱਤੇ ਅਸੀਂ ਲੋਕਾਂ ਦਾ ਬਿਹਤਰ ਫਾਇਦਾ ਕਰਾਂਗੇ ਪੈਸੇ ਘੱਟ ਲੱਗਣਗੇ ਤੇ ਸਰਕਾਰੀ ਐਸੈਟ ਕ੍ਰੀਏਟ ਹੋਏਗੀ ਜੋ ਸਾਨੂੰ ਇਸ ਪਾਸੇ ਜਾਣਾ ਚਾਹੀਦਾ ਡਿਸਕ੍ਰੈਡਿਟੀ ਹਮ ਹਮ ਪਰ ਮੈਨੂੰ ਵੜਾ ਕੇ ਕਿਹਾ ਵੀ ਗਿਆ ਪਰ ਇੱਕ ਗੱਲ ਪੱਕੀ ਹੈ ਇਹ ਬਣਾ ਕੇ ਕਹਿਣਾ ਮਤਲਬ ਇਹ ਨਹੀਂ ਸੀ ਵੀ ਮੈਂ ਮੈਂ ਤੁਹਾਨੂੰ ਮਰਨਾ ਹੂੰ ਜਵਾਨੀ ਜੇ ਕਿਹਾ ਸੀ ਢਿੱਲਾ ਜਾ ਮੈਨੂੰ ਆਏ ਨਹੀਂ ਕਰਦਾ ਹੁੰਦਾ ਮੈਂ ਚੰਗੀ ਇੱਕ ਹੋਰ ਸਰਕਾਰ ਤੋਂ ਮੈਂ ਤੁਹਾਨੂੰ ਉਹ ਹੋਰ ਸਰਕਾਰ ਸੀ ਉਦੋਂ ਜੀ ਉਹ ਸਰਕਾਰ ਦੇ ਵਿੱਚ ਮੈਨੂੰ ਕਹਿਣ ਲੱਗੇ ਆ ਜਿਹੜੇ ਰਾਈਟ ਟੂ ਐਜੂਕੇਸ਼ਨ ਐਕਟ ਦੇ ਉੱਤੇ ਰੂਲ ਬਣਾਉਣੇ ਸੀ ਪੰਜਾਬ ਦੇ ਰੂਲ ਮੈਂ ਬਣਾਏ ਨੇ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਜੀ ਤੇ ਮੈਨੂੰ ਇੱਕ ਸੀਨੀਅਰ ਅਫਸਰ ਦਾ ਫੋਨ ਆਇਆ ਡਾਕਟਰ ਸਾਹਿਬ ਇਹਦੇ ਚਾਹ ਲਾਈਨ ਪਾ ਦਿਓ ਸੈਕਟਰੀ ਸਾਹਿਬ ਨੇ ਕਿਹਾ ਮੈਂ ਵੀ ਤੁਸੀਂ ਆਪੇ ਪਾ ਲਓ ਹੂੰ ਨਹੀਂ ਨਹੀਂ ਮੈਂ ਕਿਹਾ ਮੈਂ ਲੋਕਾਂ ਨੂੰ ਜਵਾਬ ਦੇਵਾਂਗਾ ਉਹ ਕਹਿੰਦੇ ਪਿਆਰਲਾ ਤੇਰੀ ਪਾਈ ਹੋਈ ਆ ਆ ਪਈ ਹੈ ਮੇਰ ਤੇਰੀ ਕਰੀ ਹੋਈ ਤਾਂ ਪਾਈ ਆ ਲੋਕਾਂ ਦੇ ਉਲਟੇ ਲਾਈਨ ਹੂੰ 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 ਉਹਨੂੰ ਪੁੱਛਦਾ ਮੈਂ ਤੁਹਾਨੂੰ ਭੇਜਤਾ ਜੋ ਭੇਜਣਾ ਤੁਸੀਂ ਪਾ ਲੋ ਉਲਟੇ ਜਿਹੜੀ ਪਾਣੀ ਆ ਮੈਂ ਨਹੀਂ ਪਾਉਂਦਾ ਹੂੰ 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 ਪਰ ਜੋ ਮੈਂ ਲਿਖਿਆ ਸੀ ਉਹ ਹੀ ਨੋਟੀਫਾਈ ਹੋਈ ਉਹ ਗੱਲ ਵੱਖਰੀ ਹੈ ਵੀ ਬਾਅਦ ਚ 2007 ਚ ਸਰਕਾਰ ਜਿਹੜੀ ਆਈ ਉਹਨੇ ਚੱਕ ਕੇ ਬਦਲ ਦਿੱਤਾ 11 12 ਚ ਸਰੋਦੀ ਤੇ ਉਹਨੇ ਚੱਕ ਕੇ ਬਦਲ ਦਿੱਤੇ ਦੁਬਾਰਾ ਜਿਹੜਾ ਮਨਿਸਟਰ ਆਇਆ ਸਵਾਲ ਮੇਰਾ ਇਹ ਹੈ ਇਹ ਨਹੀਂ ਹੁੰਦਾ ਇਹ ਕੋਈ ਅਰੋਗੈਂਸ ਨਹੀਂ ਹੁੰਦੀ ਹੂੰ 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 ਜੇ ਮੈਂ ਇੱਥੇ ਤੁਹਾਨੂੰ ਖੁਸ਼ ਕਰਨ ਵਾਸਤੇ ਤੁਹਾਡੀ ਵੱਡੇ ਵੱਡੇ ਕਰੀ ਜਾਊਂਗਾ ਤੇ ਮੈਨੂੰ ਇੱਚ ਆਂਦੀ ਕੀ ਲੋੜ ਐ ਮੈਨੂੰ ਜੋ ਠੀਕ ਲੱਗੇਗਾ ਮੈਂ ਉਹ ਕਹਾਂਗਾ ਹੋ ਸਕਦਾ ਮੈਂ ਕੋਈ ਜ਼ਰੂਰੀ ਨਹੀਂ ਵੀ ਮੈਂ ਠੀਕ ਹੀ ਹੋਵਾਂ ਜੀ 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 ਜੇ ਮੈਂ ਆਪਦੀ ਮਿਹਨਤ ਕਰਕੇ ਅੱਜ ਤੁਸੀਂ ਮੈਨੂੰ ਫਰਜ਼ ਕਰੋ ਪਹਿਲਾਂ ਕਹਿ ਦਿੰਦੇ ਹਾਂ ਵੀ ਡਾਕਟਰ ਸਾਹਿਬ ਆਹ ਟੌਪਿਕ ਤੇ ਮੈਂ ਪੁੱਛਣਾ ਜਿਹੜੇ ਟੌਪਿਕ ਮੈਂ ਕਿਤਾਬਾਂ ਵੀ ਲਿਖੀਆਂ ਹੋਣਗੀਆਂ ਮੈਂ ਉਹ ਵੀ ਦੁਬਾਰਾ ਆ ਕੇ ਆਉਣਾ ਉਹਦੀ ਫਰੈਸ਼ ਨੌਲੇਜ ਲੈਣਾ ਕਿਉਂਕਿ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਮੈਂ ਜਵਾਬ ਦੇ ਆ ਤੁਸੀਂ ਵੀ ਜਵਾਬ ਦਿਓ ਬਿਲਕੁਲ ਜੀ ਬੰਦਾ ਬਲਾ ਲਿਆ ਇਨੂੰ ਤਾਂ ਕੱਖ ਨਹੀਂ ਪਤਾ ਸੀ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਖੜੀਆਂ ਗਿਆ ਬਹੁਤ ਬਹੁਤ ਸੋਹਣਾ ਕਲੀਅਰ ਕੀਤਾ ਤੁਸੀਂ ਡਾਕਟਰ ਸਾਹਿਬ ਆਪਾਂ ਨਾ ਇੱਕ ਸਿਰਫ ਛੋਟੀ ਜੀ ਬ੍ਰੇਕ ਲਈ ਰੁਕ ਰਹੇ ਹਾਂ ਉਸ ਤੋਂ ਬਾਅਦ ਇੱਥੋਂ ਸ਼ੁਰੂ ਕਰਕੇ ਆਪਾਂ ਫਿਰ ਸ਼ੁਰੂ ਕਰ ਦੇਣ ਦਸ਼ਕੋ ਸਾਡੇ ਬਣੇ ਹੋਏ ਨੇ ਮਾਨਯੋਗ ਪਿਆਰੇ ਲਾਲ ਗਰਗ ਸਾਰੇ ਕਦਜੇ ਦੂਰ ਕਰ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ ਇੱਦਾਂ ਬਣ ਰਿਹਾ ਜਸ ਪੰਜਾਬੀ ਜੀ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਮੈਂ ਤੁਹਾਡੇ ਰੂਬਰੂ ਹਾਂ ਯਾ ਰਾਤ ਨੂੰ 9 ਵਜੇ ਪੈਸੀਫਿਕ ਟਾਈਮ ਕੈਲੀਫੋਰਨੀਆ ਸਟੂਡੀਓ ਚੋਂ ਦਰਸ਼ਕੋ ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਪਿਆਰੇ لال ਗਰਗ ਬਹੁਤ ਸੋਹਣਾ ਐਲੈਬ੍ਰੇਟ ਕਰ ਰਹੇ ਨੇ ਡਾਕਟਰ ਸਾਹਿਬ ਤੁਸੀਂ ਉਹ ਚੀਜ਼ ਤਾਂ ਕੀਤੀ ਦੋ ਚੀਜ਼ਾਂ ਮੈਨੂੰ ਹੋਰ ਕਲੀਅਰ ਕਰੋ ਤੋਂ ਉਦੋਂ ਬਾਅਦ ਆਪਾਂ ਇੱਕ ਮੁੱਦੇ ਤੇ ਆਉਨੇ ਆਂ ਹਾਂਜੀ ਅ ਮੰਨ ਲਓ ਤੁਸੀਂ ਹਾਂ ਮੰਨ ਲਓ ਮੈਂ ਇੱਕ ਪਾਰਟੀ ਪ੍ਰਧਾਨ ਹਾਂ ਤੁਸੀਂ ਚੀਫ ਮਨਿਸਟਰ ਹਾਂ ਆਪਣੀ ਦੋਨਾਂ ਦੀ ਬਣਦੀ ਨਹੀਂ ਤੇ ਆਪਾਂ ਮੁੱਦਿਆਂ ਤੇ ਕਿੱਦਾਂ ਆਵਾਂਗੇ ਮੈਂ ਕਿ ਇੱਕ ਇੱਕ ਮੋਟੀ ਜਿਹੀ ਐਗਜ਼ਾਮਪਲ ਲੈਣਾ ਰੋਜ਼ ਮੈਨੂੰ ਤੁਹਾਡੇ ਤੇ ਹੀ ਜ਼ਰੂਰਤ ਪਿਆ ਕਰੂਗਾ ਜੀ ਸੀਐਮ ਸਾਹਿਬ ਮੈਨੂੰ ਮੈਂ ਆ ਕਰਨ ਲੱਗਾ ਤੂੰ ਤੁਹਾਡੀ ਰਾਏ ਦੱਸੋ ਤੇ ਮੈਨੂੰ ਇੰਨਾ ਅਪਰੂਵਲ ਚਾਹੀਦੀ ਆ ਆ ਬੰਦੇ ਨੂੰ ਇਦਾਂ ਕਰਨਾ ਇਦਾਂ ਕਰਨਾ ਤਾਂ ਕਿ ਪਾਰਟੀ ਦਾ ਫਾਇਦਾ ਹੋ ਸਕੇ ਤੇ ਲੋਕਾਂ 'ਚ ਆ ਕੁਸ਼ ਆ ਸਰਕਾਰ ਜਿਹੜੀ ਆ ਤੁਸੀਂ ਆ ਕੁਸ਼ ਕਰੋ ਤਾਂ ਕਿ ਆਪਾਂ ਅੱਗੇ ਵੀ ਕਾਮਯਾਬ ਹੋਈਏ ਠੀਕ ਹੈ ਤੇ ਸੀਐਮ ਸਾਹਿਬ ਨੂੰ ਹੁੰਦਾ ਕਿ ਪ੍ਰਧਾਨ ਜੀ ਤੁਸੀਂ ਦੱਸੋ ਵੀ ਆਹ ਬੰਦਾ ਐਡਜਸਟ ਜਿੱਤਿਆ ਕਰਨਾ ਕਰਨਾ ਗੱਲਾਂ ਰੋਜ਼ ਘਟੋ ਘਟ ਕਮਿਊਨੀਕੇਸ਼ਨ ਤਾਂ ਚਾਹੀਦਾ ਨਾ ਉਹ ਚੀਜ਼ ਹੱਲੇ ਐਕਚੁਅਲੀ ਇੱਕ ਹੁੰਦਾ ਨਾ ਹਿਡਨ ਕਿਤੇ ਨਾ ਕਿਤੇ ਧੁਖਣੀ ਧੁਖ ਰਹੀ ਆ ਪਰ ਅੰਦਰੋਂ ਅੰਦਰ ਹੁਣ ਤਾਂ ਧੂਆ ਛੱਡ ਕੇ ਲਾਟਾਂ ਬਾਹਰ ਆਉਂਦੀਆਂ ਆ ਤੁਸੀਂ ਸਮਝ ਗਏ ਹੋ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤਾਂ ਫਿਰ ਉਹ ਗੱਡੀ ਕਿੱਦਾਂ ਚੱਲੂਗੀ ਆ ਦੱਸੋ ਇਹ ਜੇ ਪਹਿਲਾ ਮੈਂ ਆਪਦੀ ਗੱਲ ਕਰਨੀ ਚਾਹਾਂਗਾ ਦੂਜੀ ਗੱਲ ਇਹ ਹੈ ਇਹ ਨਹੀਂ ਕਿ ਮੈਂ ਹੁਣ ਨਹੀਂ ਕੋਈ ਪੈਸਾ ਲੈਣਾ ਮੈਂ ਬਿਨਾ ਤਨਖਾਹ ਦੇ ਅਕਾਦੀ ਬੀਜੇਪੀ ਸਰਕਾਰ ਦੇ ਡਾਇਰੈਕਟਰ ਰਹਾ ਮੈਨੂੰ ਕਿਹਾ ਗਿਆ ਵੀ ਇਸ 100000 ਮੈਂ ਤਨਖਾਹ ਲੈ ਲਓ ਮੈਂ ਕਹਿੰ ਗਿਆ ਮੈਂ ਬਿਲਕੁਲ ਨਹੀਂ ਲੈਣੀ ਮੈਂ ਇਸ ਸਰਕਾਰ ਨੇ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਇਹਨੇ ਮੈਨੂੰ ਇੱਕ ਰਿਵਿਊ ਕਮੇਟੀ ਸਿੱਖਿਆ ਦੀ ਜੀ 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 ਪੰਜਾਬ ਦਾ ਚੇਅਰਮੈਨ ਉੱਥੇ ਯੂਨੀਵਰਸਿਟੀਆਂ ਦੀ ਡਿਬੀ ਪੰਜਾਬ ਯੂਨੀਵਰਸਿਟੀ ਹਿਮਾਚਲ ਯੂਨੀਵਰਸਿਟੀ ਦੇ ਪ੍ਰੋਫੈਸਰ ਸੀਗੇ ਮੈਂਬਰ ਹੂੰ ਉਦੇਚ 2 ਕਿ 25000 ਰੁਪਏ ਰੋਜ਼ ਦਾ ਮਿਲਣਾ ਸੀ ਨਾ ਨਾ ਮੈਂ ਉਹ ਪੈਸੇ ਲੈ ਬਾਕੀਆਂ ਨੇ ਲੈ ਨਹੀਂ ਉਹ ਕਹਾਂ ਕਿ ਸਰਕਾਰੀ ਨੌਕਰੀ ਚ ਵੀ ਸੀ ਉਹ ਨਜ਼ਰ ਆਈ ਕਿ ਲੈਣਾ ਨਾ ਨਾ ਮੈਂ ਨਾ ਮੈਂ ਥੋੜਾ ਕੋਈ ਪੈਸਾ ਲੈਣਾ ਹੈ ਨਾ ਮੈਂ ਥੋੜੀ ਕੋਈ ਰੋਟੀ ਖਾਣੀ ਹੈ ਨਾ ਮੈਂ ਤਾਂ ਕੋਈ ਜਾਣ ਆਉਣ ਵਾਸਤੇ ਕਰਾਇਆ ਲੈਣਾ ਹੂੰ ਹੂੰ ਮੈਂ ਸੇਵਾ ਕਰਨੀ ਹੈ ਔਰ ਵਿਆਦੀ ਕੇ 4400 ਰੁਪਏ ਲਾ ਕੇ ਰਿਪੋਰਟ ਵੀ ਆਪਦੇ ਕੋਲੋਂ ਟਾਈਪ ਕਰਾ ਕੇ ਦਿੱਤੀ ਜੀ ਮੇਰਾ ਕੋਈ ਹੈ ਜਾਂ ਨਹੀਂ ਹੈ ਮੈਨੂੰ ਪ੍ਰਮਾਤਮਾ ਨੇ ਬਹੁਤ ਦਿੱਤਾ ਹੋਇਆ ਮੇਰੀ ਪੈਨਸ਼ਨ ਮਿਲਦੀ ਆ ਰੋਟੀਆਂ ਮੈਂ ਦੋ ਖਾਣੀਆਂ ਹੁੰਦੀਆਂ ਨੇ ਉਹ ਚੋਂ ਪੈਸੇ ਟੈਕਸ ਲੁਕਸ ਸਾਰਾ ਬਾਧੂ ਦੇ ਕੇ ਵੀ ਬਚ ਜਾਂਦੇ ਨੇ ਕਿਉਂ ਮੈਂ ਨਹੀਂ ਕਮਾਤੇ ਖਰਚਦਾ ਜੇ ਇਸ ਕਰਕੇ ਮੈਨੂੰ ਕੋਈ ਦੂਜਾ ਜਿਹੜਾ ਤੁਸੀਂ ਕਿਹਾ ਜਿਹੜਾ ਇਹ ਮੰਦ ਭਾਗਾ ਹੁੰਦਾ ਹੈ ਜੇ ਜਾਤਾ ਇੱਕ ਬੰਦੇ ਦੀ ਇੱਕ ਡਾਕਟਰ ਸਾਹਿਬ ਮੈਂ ਇੱਕ ਇੱਕ ਛੋਟਾ ਜਿਹਾ ਵਰਡ ਕਾਸ਼ ਕਾਸ਼ ਇਹ ਇਹੋ ਜਿਹਾ ਸਬਰ ਸੰਤੋਖ ਕਿਤੇ ਸਾਰਿਆਂ ਚ ਆ ਜਾਵੇ ਕਿਤੇ ਨਾ ਕਿਤੇ ਪਾਰਟ ਲੱਗ ਜਾਦਾ ਚਲ ਐਨੀਵੇ ਅੱਗੇ ਅੱਗੇ ਚਲੋ ਜੀ ਆਪਾਂ ਹਰ ਇੱਕ ਨਾਲ ਜੁੜੇ ਕੋਈ ਵੀ ਪਾਰਟੀ ਹੋਵੇ ਕੋਈ ਵੀ ਸਰਕਾਰ ਹੋਵੇ ਇਹ ਮੰਦਭਾਗਾ ਹੁੰਦਾ ਹੈ ਇਹ ਅੰਦਰ ਕਸ਼ਮਿਕ ਸਤਾ ਰਹਿ ਨਹੀਂ ਚਾਹੀਦੀ ਹੈ ਜਿੱਦ ਕਸ਼ਮੇ ਕਸ ਖਤਮ ਹੋ ਗਈ ਪਾਰਟੀਆਂ ਦੇ ਦਿਨ ਹਾਂ ਹਾਂ ਜਨ ਸਰਕਾਰਾਂ ਦੇ ਦਿਨ ਉਹਦੇ ਬਿਲਕੁਲ ਹੀ ਕੰਮ ਬੰਦ ਹੋ ਜਾਏਗਾ ਫਿਰ ਤਾਂ ਦੋ ਇੱਕ ਦੂਜੇ ਨੂੰ ਰਲ ਕੇ ਕਰੀ ਜਾਣਗੇ ਹਾਂ ਇੱਕ ਦੂਜੇ ਨੂੰ ਟੱਕ ਨਾਲਾ ਚਾਹੀਦਾ ਅੱਜ ਸਾਡੇ ਕੇਂਦਰ ਦੇ ਵਿੱਚ ਟੋਕਣ ਵਾਲਾ ਕੋਈ ਨਹੀਂ ਇਸ ਕਰਕੇ بڑے ਗੜਤ ਫੈਸਲੇ ਹੋ ਰਹੇ ਨੇ ਇੱਥੇ ਟੋਕਣ ਵਾਲਾ ਕੋਈ ਨਹੀਂ ਸੀ ਕਹਨ ਨੂੰ ਜੋ ਮਰਜ਼ੀ ਕਹੀ ਜਾਣ ਸਾਰੇ ਮਨਿਸਟਰ ਜਿਹੜੇ ਹੁਣ ਬੋਲਦੇ ਨੇ ਪਹਿਲਾਂ ਕਿਹਨੇ ਬੋਲੇ ਪਹਿਲਾਂ ਕਿ ਉੱਪਰ ਹੈ 4 ਸਾਲ ਜੀ 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 ਨਵਜੋਤ ਸਿੰਘ ਜੀ ਨੇ ਤਾਂ ਫਿਰ ਵੀ ਛੱਡਤੀ ਸੀ ਬਜਰੀ ਵਕੇ ਨੇ ਤਾਂ ਰਹੇ ਨੇ 4 ਸਾਲ ਇੱਕ ਬਿਊਰੋਕ੍ਰੇਟ ਸਰਕਾਰ ਚਲਾਉਂਦਾ ਰਿਹਾ ਮੈਨੂੰ ਕੋਈ ਬੰਦਾ ਦੱਸੇ ਵੀ ਸਰਕਾਰ ਲੋਕਾਂ ਨੇ ਬਿਊਰੋਕ੍ਰੇਟ ਦੇ ਚਲਾਉਣ ਵਾਸਤੇ ਛੱਡੀ ਸੀ ਜਾਂ ਸਿਆਸਤਦਾਨਾਂ ਨੇ ਬਸ ਇੱਕ ਸਵਾਲ ਹੈ ਉਹ ਚੰਗੀ ਚਲਾਉਂਦੇ ਮਾੜੀ ਚਲਾਉਂਦੇ ਇਹ ਅਗਲੀ ਗੱਲ ਹੈ ਪਰ ਦੂਜੇ ਨੂੰ ਠੇਕੇ ਤੇ ਦੇ ਦੇਣਾ ਤਾਂ ਕੋਈ ਨਹੀਂ ਸੀ ਇਦਾਂ ਹੀ ਜੇ ਕਿਸੇ ਪਾਰਟੀ ਦੇ ਵਿੱਚ ਨੂੰ ਪਾਰਟੀ ਦਾ ਤੇ ਸਰਕਾਰ ਦਾ ਡਿਫਰੈਂਸ਼ੀਏਟ ਜਰੂਰ ਰੱਖਣਾ ਚਾਹੀਦਾ ਹੈ ਪਰ ਆਪਸ ਵਿੱਚ ਤਾਲਮੇਲ ਹੋਣਾ ਜ਼ਰੂਰੀ ਹੈ ਜੇ ਨਹੀਂ ਪਰ ਕਾਂਗਰਸੀਆਂ ਦਾ ਕੰਮ ਹੈ ਨਾ ਇਹ ਮੇਰਾ ਕੰਮ ਤਾਂ ਹੈ ਨਹੀਂ ਮਹੇਸ਼ ਦੇ ਕੀ ਕਰਦਾ ਆਈ ਹੈਵ ਨੋ ਰੋਲ ਟੂ ਪਲੇ ਇਨ ਥਿਸ ਜੀ ਜੀ ਅਸੀਂ ਤਾਂ ਇਹ ਕਹਿ ਸਕਦੇ ਹਾਂ ਵੀ ਭਈ ਭਾਈ ਦੋਆ ਧਿਰਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਉਹਨੂੰ ਵੀ ਕਈ ਲੋਕ ਕਹਿੰਗੇ ਵੀ ਕਾਂਗਰਸ ਦੇ ਸਮਝਾਉਤੇ ਕਰਾਉਂਦਾ ਫਿਰਦੇ ਅਈ ਤੇ ਅਕਾਲੀਆਂ ਨੂੰ ਕਾਲੀਆਂ ਨੂੰ ਵੀ ਕਹਿੰਦੇ ਆ ਵੀ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ ਅਕਾਲੀਆਂ ਨੇ ਵਜਿਰੀ ਛੱਡੀ ਮੈਂ ਤਾਰੀਫ ਕਰੀ ਆ ਵੀ ਦੇਖੋ ਉਹਨਾਂ ਨੇ ਵਜਿਰੀ ਛੱਡੀ ਹੈ ਹੈ ਇੰਨਾ ਸੌਖਾ ਨਹੀਂ ਹੁੰਦਾ ਵਜਿਰੀ ਛੱਡਣਾ ਨੌਂ ਮਾਸ ਦਾ ਰਿਸ਼ਤਾ ਛੱਡਿਆ ਹੁਣ ਜਿਹੜੀ ਗੱਲ ਸੱਚ ਆ ਜਿਹੜਾ ਬੰਦਾ ਆਪਣੇ ਵਿਰੋਧੀ ਦੀ ਵੀ ਗੱਲ ਜਿਹੜੀ ਚੰਗੀ ਗੱਲ ਹੋਵੇ ਉਹਨੂੰ ਚੰਗੀ ਨਾ ਕਹਿ ਸਕਦਾ ਹੋਵੇ ਤੇ ਉਹਨੂੰ ਫਿਰ ਇਹ ਕਹੌਣ ਦਾ ਕੋਈ ਹੱਕ ਨਹੀਂ ਆ ਵੀ ਮੈਂ ਤਾਂ ਨਿਊਟਰਲ ਆ ਹੂੰ ਇਹ ਤਾਂ ਪੱਖੀ ਪੱਖਪਾਤੀ ਹੈ ਇਹ ਤਾਂ ਜੇ ਗਦੀ ਮਾਰੀ ਸਾਡੇ ਨੰਦਕੋਪ ਤੇ ਗਦੀ ਮਾਰੀ ਦਾ ਨਹੀਂ ਕੋਈ ਦੋਸ਼ ਜੇ ਤਾਂ ਮੈਂ ਕਰਿਆ ਜਾਂ ਮੇਰੇ ਕਿਸੇ ਦੋਸਤ ਨੇ ਕਰਿਆ ਜਾਂ ਮੈਨੂੰ ਜਾਣ ਨਾਲ ਨੇ ਕਰਿਆ ਜਾਂ ਜਿਹੜੇ ਪਾਸੇ ਮੈਂ ਆ ਉਹਨੇ ਕਰਿਆ ਚਾਹੇ ਉਹ ਗਲਤੀ ਹੋਵੇ ਤਾਂ ਵੀ ਠੀਕ ਦੂਜੇ ਨੇ ਕਰਿਆ ਗੁਰਪਾਖ ਜੀ ਨੇ ਕਰਿਆ ਚਾਹੇ ਉਹ ਠੀਕ ਹੀ ਕਰਿਆ ਹੋਵੇ ਇਹ ਵੀ ਗਲਤ ਫੇ ਤਾਂ ਕੋਈ ਮਤਲਬ ਨਹੀਂ ਫੇ ਤਾਂ ਸਮਾਜ ਚੱਲਣਾ ਹੀ ਨਹੀਂ ਕਦੀ ਸੋ ਸਮਾਜ ਦੇ ਵਿੱਚ ਜੀ ਉਹ ਬਤੇ ਚਾਹੀਦੇ ਨੇ ਜਿਹੜੇ ਹਰੇਕ ਨੂੰ ਕਹਿੰਦੇ ਕਿ ਨਾ ਇਹ ਗੱਲ ਗਲਤ ਹੈ ਜ਼ਰੂਰੀ ਨਹੀਂ ਉਹਨਾਂ ਦੀ ਗੱਲ ਮੰਨੀ ਜਾਵੇ ਹਾਂ ਇਹ ਕਹਿਣਾ ਕਈ ਗਲਤ ਹੈ ਅਗਲੀ ਲਾਸ ਗੱਲ ਕਹਾਂਗਾ ਜਿਹੜੇ ਤੁਸੀਂ ਪੁੱਛਿਆ ਮੈਂ ਫਾਈਲਾਂ ਤੇ ਵੀ ਲਿਖਦਾ ਗਿਆ ਉਦੋਂ ਮੈਨੂੰ ਮੇਰੀ ਨੌਕਰੀ ਦਾ ਵੀ ਖਤਰਾ ਹੁੰਦਾ ਸੀ ਕੋਈ ਗੱਲ ਨਹੀਂ ਤੁਹਾਨੂੰ ਕੱਟਣਾ ਹੁੰਦਾ ਪਰ ਇਹ ਮਾੜੀ ਗੱਲਾਂ ਹੁੰਦੀਆਂ ਨੇ ਪਾਰਟੀਆਂ ਦੇ ਵਿੱਚ ਕਸ਼ਮੈ ਖੇਤਰ ਸਹੇ ਪਰ ਐਨੀ ਨਾ ਹੋਵੇ ਕਿ ਭਾਂਡੇ ਟੁੱਟ ਜਾਣ ਭਾਂਡੇ ਟੁੱਟ ਜਾਣ ਪਰ ਕਾਸ਼ ਇਹ ਨਹੀਂ ਜੈਨੂਇਨ ਪਰਸਨੈਲਿਟੀਜ਼ ਹੋਰ ਹੁੰਦੀਆਂ ਐਨੀਵੇ ਡਾਕਟਰ ਸਾਹਿਬ ਉਸ ਚੀਜ਼ ਨੂੰ ਕਰੋ ਵੀ ਜੇ ਹੈਲਥੀ ਆਪੋਜੀਸ਼ਨ ਜ਼ਰੂਰੀ ਹੈ ਤੁਹਾਡੀ ਮੈਂ ਗੱਲ ਸਮਝ ਗਿਆ ਪਰ ਗੱਲ ਉੱਥੇ ਆ ਕਿ ਨਿਬੜਦੀ ਡਾਕਟਰ ਸਾਹਿਬ ਵੀ ਜੇ ਰਲ ਕੇ ਚੱਲਣਗੇ ਨਾ ਤਾਂ ਪਾਰਟੀ ਕਿਦਾਂ ਚੱਲੂਗੀ ਗੱਲ ਮੈਂ ਉਹਨਾਂ ਦੀ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਗੱਲ ਇਹ ਆ ਕਿ ਪੰਜਾਬ ਦਾ ਭਲਾ ਕਿਦਾਂ ਹੋਊਗਾ ਜੇ ਰਲ ਕੇ ਨਾ ਚੱਲਣਗੇ ਇੱਥੇ ਥੋੜਾ ਬਹੁਤ ਤੁਸੀਂ ਦੱਸਣੇ ਸਕਦਾ ਦੱਸਣਯੋਗ ਕੋਈ ਗੱਲ ਦੱਸੋ ਜੀ ਮੈਂ ਇੱਕ ਲਾਈਨ ਚ ਕਹਾਂਗਾ ਵੀ ਜੇ ਇੰਨੀ ਜ਼ਿਆਦਾ ਕਸ਼ਮਕਸ਼ ਚੱਪਦੀ ਰਹੀ ਜੀ ਫਿਰ ਇਹ ਪੰਜਾਬ ਦਾ ਭਲਾ ਨਹੀਂ ਹੋ ਸਕਦਾ بس ਆ ਆਹੀ ਗੱਲ ਮੈਂ ਆਹੀ ਆਹੀ ਪੁੱਛਣਾ ਚਾਹੁੰਦਾ ਸੀ ਗੱਲ ਹੈ ਨੀ ਕਿ ਕਾਂਗਰਸ ਪਾਰਟੀ ਦਾ ਭਲਾ ਉਹਨਾਂ ਦਾ ਇਹ ਗੱਲ ਹੈ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਚੱਲੇ ਪੰਜਾਬ ਦਾ ਭਲਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਹਿੰਦੇ ਵੈਨ ਦੀ ਬਫਲੋਜ਼ ਫਾਈਟ ਦੀ ਕ੍ਰੌਸ ਸਫਰ ਰਾਈਟ ਇਹਨਾਂ ਦਾ ਕਿਹਦਾ ਨਾ ਸਿੱਧੂ ਸਾਹਿਬ ਦਾ ਕੁਝ ਜਾਣਾ ਉਹ ਬਥੇਰੇ ਚੜ ਚੜੀ ਲੱਖ ਰਹੀ ਦੀਆਂ ਜਿਨ੍ਹਾਂ ਨੂੰ ਮਿੱੱਦਾ ਹੋਵੇ ਇੱਕ ਸ਼ੋਅ ਦਾ ਉਹ ਉਹਦੇ ਪੈਸਿਆਂ ਦਾ ਕੋਈ ਅੰਤ ਹੀ ਨਹੀਂ ਹੈ ਮਤਲਬ ਉਹਨੂੰ ਕੋਈ ਇਮਾਨਦਾਰ ਆਦਮੀ ਹੈ ਛੱਡ ਵੀ ਸਕਦਾ ਉਹ ਪੈਸੇ ਨਾ ਕੈਪਟਨ ਸਾਹਿਬ ਦਾ ਕੁਝ ਜਾਣਾ ਉਹ ਤਾਂ ਰਾਜਾ ਰਹੇ ਨੇ ਮਹਾਰਾਜਾ ਰਹੇ ਨੇ ਘਰ ਦੇ ਸਾਰੇ ਉਹਨਾਂ ਦੇ ਸਿਆਸਤਦਾਨ ਨੇ ਜਾਣਾ ਆਮ ਲੋਕਾਂ ਜਿਹੜਾ ਮੜਾ ਮੋਟਾ ਹਾਂ ਤੋ ਇਹਨਾਂ ਦੋਹਾਂ ਨੂੰ ਆਪਸ ਵਿੱਚ ਇਹ ਕੜਾ ਘਟਾ ਕੇ ਕੈਪਟਨ ਸਾਹਿਬ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਜਿਹੜੇ ਪੁਰਾਣੇ ਦਰਖਤ ਨੇ ਪੁਰਾਣੇ ਪੱਤੇ ਨੇ ਉਹ ਵੀ ਝੜ ਜਾਂਦੇ ਨੇ ਨਵਿਆਂ ਨੂੰ ਜਗ੍ਹਾ ਦੇਈ ਦੀ ਹੁੰਦੀ ਆ ਜਦ ਲਾੜਾ ਘੋੜੀ ਤੇ ਚੜਦਾ ਹੋਵੇ ਉਦੋਂ ਬਾਪ ਨੱਚਦਾ ਤਾਂ ਚੰਗਾ ਲੱਗਦਾ ਜੇ ਲਗਾਮ ਫੜ ਕੇ ਆਪ ਘੋੜੀ ਤੇ ਚੜਨ ਦੀ ਕੋਸ਼ਿਸ਼ ਕਰੇ ਤੇ ਫਿਰ ਕਈ ਵਾਰੀ ਗੜਬੜ ਹੁੰਦੀ ਹੈ ਗੜਬੜ ਹੁੰਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਇੱਕ ਨਾ ਡਾਕਟਰ ਸਾਹਿਬ 익ਸਪੈਕਟੇਸ਼ਨਸ 익ਸਪੈਕਟੇਸ਼ਨਸ ਲੋਕਾਂ ਦੀਆਂ ਮੈਨੂੰ ਨਹੀਂ ਪਤਾ ਇੰਡੀਆ ਦੇ ਵਿੱਚ ਮੈਂ ਜੋ ਵਿਊਜ਼ ਹੁੰਦੇ ਉੱਤੋਂ ਕਰਦਾ ਜਾਂ ਇੱਥੋਂ ਦੇ ਲੋਕਾਂ ਦੀ 익ਸਪੈਕਟੇਸ਼ਨਸ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਿਆ ਹੁਣ ਸਭ ਕੁਝ ਸਹੀ ਹੋ ਜਾਊਗਾ ਤੁਸੀਂ ਇੱਕ ਤਾਂ ਇਹ ਦੇਖਦਾ ਦੇਖਿਓ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਪਾਰਟੀ ਦਾ ਪ੍ਰਧਾਨ ਬਣਿਆ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਪਾਵਰ ਹੈ ਸਰਕਾਰ ਦੀ ਪਾਵਰ ਹੈ ਕਪੂ ਸਾਹਿਬ ਕੋਲੇ ਹੈ ਹਾਂ ਜਿੱਦਾਂ ਮੈਂ ਪਹਿਲਾਂ ਕਿਹਾ ਰਲ ਕੇ ਚੱਲਣਗੇ ਇੱਕ ਦੂਜੇ ਦੀ ਗੱਲ ਮੰਨਣਗੇ ਤਾਂ ਪੰਜਾਬ ਦਾ ਭਲਾ ਹੋ ਜਾਊਗਾ ਪਰ ਜਿਹੜੀਆਂ ਲੋਕਾਂ ਦੀ ਐਕਸਪੈਕਟੇਸ਼ਨ ਕੱਲੇ ਸਿੱਧੂ ਸਾਹਿਬ ਤੋਂ ਹੋਗੇ ਉੱਥੇ ਤੁਸੀਂ ਐਲੈਬੋਰੇਟ ਕਰੋ ਸਮਝਾਓ ਕਿ ਉਹ ਸਿਰਫ ਤੇ ਸਿਰਫ ਪਾਰਟੀ ਦੇ ਪ੍ਰੈਸ਼ਰ ਪਾ ਸਕਦਾ ਜਾਂ ਕਿ ਸੀਐਮ ਸਾਹਿਬ ਨੂੰ ਕਹਿ ਸਕਦਾ ਭਾਈ ਆਹ ਗਲਤ ਆ ਸਹੀ ਆ ਤੁਸੀਂ ਇਹ ਫਿਕਸ ਕਰੋ ਇਸ ਤੋਂ ਉੱਪਰ ਤਾਂ ਨਹੀਂ ਉਹ ਕੁਝ ਕਰ ਸਕਦਾ ਉਹ ਐਕਸਪੈਕਟੇਸ਼ਨ ਜਿਹੜੀਆਂ ਲੋਕਾਂ ਦੀਆਂ ਆ ਉਹ ਉਹਨਾਂ ਨੂੰ ਤੁਸੀਂ ਆਨਸਰ ਕਰੋ ਕਿ ਇਹ ਐਕਸਪੈਕਟੇਸ਼ਨਸ ਹੀ ਨਹੀਂ ਐਕਸਪੈਕਟੇਸ਼ਨ ਜਿਹੜੀਆਂ ਕੈਪਟਨ ਸਾਹਿਬ ਤੁਰਖੀਆਂ ਜਾਂ ਯੈਸ ਹਾਂ ਉਹ ਉਹਨਾਂ ਦੇ ਹੱਥ ਵਾਸ ਹੈਗਾ ਕੁਝ ਜੀ ਗੁਰਪ੍ਰੀਤ ਜੀ ਤੁਸੀਂ ਬਿਲਕੁਲ ਠੀਕ ਹੈ ਲੋਕਾਂ ਦੀਆਂ ਐਕਸਪੈਕਟੇਸ਼ਨ ਹੁਣ ਮੈਨੂੰ ਵੀ ਸਮਝਦੇ ਨੇ ਵੀ ਐਡਵਾਈਜ਼ਰ ਲੱਗਿਆ ਹੁਣ ਹਰ ਇੱਕ ਗੱਲ ਦਾ ਇਹ ਜਾ ਕੇ ਦੱਸਿਆ ਗੁਰਗੱਦ ਸਿੱਧੂ ਸਾਹਿਬ ਨੂੰ ਜੀ 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 ਜਦ ਕਿ ਮੈਂ ਇਹ ਮੈਨੂੰ ਬੁਲਾਉਂਦਾ ਹੀ ਤੇ ਆਏ ਤੁਸੀਂ ਦੱਸੋ ਹਾਂਜੀ ਹਾਂਜੀ ਹਾਂ ਵੀ ਜੇ ਜੇ ਮੈਨੂੰ ਬੁਲਾਉਣਗੇ ਮੈਂ ਤਾਂ ਜਾਣ ਆਦਿ ਮੈਂ ਪਬਲਿਕਲੀ ਕਹੂੰਗਾ ਕਿਉਂਕਿ ਮੈਨੂੰ ਇਹਨੇ ਘੋੜੇ ਥਾਨੀ ਮਰਜ਼ ਮਕਾਨੀ ਦੂਨਾ ਮੁੱਢ ਪਾਉਂਦੇ ਨੇ ਵਿੱਚ ਵਿਚਾਰੇ ਵਿਕਨੇ ਜਾਂਦੇ ਕੋਡੀ ਕੋਡੀ ਛੋਂਦੇ ਨੇ ਜੀ 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 ਜੇ ਮੈਨੂੰ ਪੁੱਛਣਗੇ ਵੀ ਅੱਜ ਦੇ ਤੇ ਮੇਰੀ ਰਾਏ ਦਿਓ ਫੇਰ ਰਾਏ ਦੇਵਾਂਗਾ ਉਹਦੀ ਵੈਲਿਊ ਹੋਏਗੀ ਮਾੜੀ ਮੁੱਢੀ ਜੀ 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 ਮੰਨਣ ਜਾਂ ਨਾ ਮੰਨਣ ਹੂੰ ਹੂੰ ਜੇ ਮੈਂ ਜਾ ਕੇ ਵੀ ਆਹ ਕਰ ਦੋ ਤੁਹਾਨੂੰ ਕਰਨਾ ਚਾਹੀਦਾ ਜੀ ਆਹ ਕਰਨਾ ਚਾਹੀਦਾ ਅਗਲਾ ਕਹਿੰਦਾ ਯਾਰ ਤੂੰ ਛੱਡ ਪਰਾ ਕਾਦੇ ਵਾਸਤੇ ਤੂੰ ਐਵੇਂ ਮੈਨੂੰ ਰੋਜ਼ ਕਹੀ ਜਾਂਦਾ ਤਾਂ ਦੋ ਦਿਨ ਸੁਣ ਲੈਣਗੇ ਤੀਜੇ ਦਿਨ ਬਾਹਰ ਬਿਠਾ ਕੇ ਰੱਖਣਗੇ ਵਾਈ ਸ਼ੁੱਡ ਆਈ ਗੋ ਇੱਕ ਇਦਾਂ ਹੀ ਇੱਥੇ ਜਿਹੜਾ ਹੈਗਾ ਇਹਨਾਂ ਨੂੰ ਪਾਰਟੀ ਪ੍ਰਧਾਨ ਤੋਂ ਲੋਕਾਂ ਨੂੰ ਆਸ ਹੋਣ ਦੀ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅਮੰਦਾਰ ਆਦਮੀ ਆ ਹਾਰਡ ਵਰਕਰ ਆ ਜੱਬੇ ਆੜਾ ਬੋਲਦੇ ਨੇ ਪਰ ਜੋ ਤੁਸੀਂ ਕਿਹਾ ਉਹ ਉਦੋਂ ਵੱਡਾ ਸੱਚ ਹੈ ਇਹ ਸਰਕਾਰ ਸਰਕਾਰ ਹੈ ਪਾਰਟੀ ਪਾਰਟੀ ਹੈ ਪਾਰਟੀਆਂ ਸਰਕਾਰ ਨਹੀਂ ਹੁੰਦੀਆਂ ਜਿੱਦ ਦੇ ਪਾਰਟੀ ਦਾ ਤੇ ਸਰਕਾਰ ਦਾ ਅੰਤਰ ਮਿਟ ਗਿਆ ਜੀ ਉਦੋਂ ਨੁਕਸਾਨ ਜ਼ਿਆਦਾ ਹੁੰਦਾ ਹੈ ਕਿਉਂਕਿ ਫਿਰ ਪਾਰਟੀ ਜੋ ਮਰਜ਼ੀ ਕਰਾਉਂਦੀ ਹੈ ਤੇ ਐਂ ਕਰੇ ਸਰਕਾਰ ਹੂੰ ਹੂੰ ਜਿਹੜੇ ਇਹਨਾਂ ਨੇ ਹਲਕਾ ਇੰਚਾਰਜਾ ਲਾਉਣੇ ਸ਼ੁਰੂ ਕਰਤੇ ਸਾਰੀਆਂ ਪਾਰਟੀਆਂ ਨੇ ਹੂੰ ਹੂੰ ਇੱਥੇ ਮੇਰਾ ਇਤਰਾਜ਼ ਰਿਹਾ ਵੀ ਯਾਰ ਜਿਹੜਾ ਚੁਣਿਆ ਹੋਇਆ ਐਮਐਡੀ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਹੂੰ ਹੂੰ ਉਹ ਕਿਉਂ ਨਾ ਉੱਥੇ ਕੰਮ ਕਰੇ ਲੋਕਾਂ ਦਾ ਤੁਹਾਡਾ ਜਿਹੜਾ ਬੰਦਾ ਹੈ ਉਹ ਹੂੰ ਕੰਮ ਕਰੀ ਜਾਵੇ ਇਹ ਕਿਵੇਂ ਉਸ ਵਾਰੀ ਚੁਣੇ ਹੋਏ ਐਮਐਡੀ ਦੇ ਕਹੇ ਤੋਂ ਤੱਕਮ ਹੋਵੇ ਨਾ ਹੂੰ ਹੂੰ ਜਿਹੜਾ ਜਾਇਜ਼ ਕੰਮ ਹੈ ਲੋਕਾਂ ਦਾ ਹਲਕਾ ਇੰਚਾਰਜ ਦੇ ਕਹੇ ਤੋਂ ਹੋਵੇ ਇਹਦਾ ਮਤਲਬ ਫਿਰ ਪਾਰਟੀ ਹੈ ਫਿਰ ਤਾਂ ਪਾਰਟੀ ਹੈ ਜੀ 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 ਫਿਰ ਤਾਂ ਇੱਕ ਬੰਦੇ ਤੇ ਆ ਜਾਂਦਾ ਨਾ ਉਹ ਜਿਹੜਾ ਜੀ ਹਾਂ ਇਹ ਮੇਰਾ ਤਰਾਜ ਰਿਹਾ ਵੀ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਚੰਗੇ ਨੇ ਮਾੜੇ ਨੇ ਉਹ ਕਿਸੇ ਦੇ ਹੱਕ ਚ ਨੇ ਕਿਸੇ ਦੇ ਉਲਟ ਨੇ ਲੋਕਾਂ ਨੂੰ ਆਪੇ ਲਾ ਦੇਣਗੇ ਪਰ ਜਿਹੜੇ ਸਰਕਾਰੀ ਕੰਮ ਨੁਮਾਇੰਦਿਆਂ ਦੇ ਰਾਹੀਂ ਹੋਣੇ ਨੇ ਉਹ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਹੋਣੇ ਚਾਹੀਦੇ ਉਹ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਇਹ ਜਿਹੜਾ ਟ੍ਰੈਂਡ ਸ਼ੁਰੂ ਕਰਿਆ ਹੈ ਇਹ ਟ੍ਰੈਂਡ ਕੋਈ ਸਾਡੀ ਜਮਹੂਰੀਤ ਵਾਸਤੇ ਚੰਗਾ ਨਹੀਂ ਹੈ ਚੁਣੇ ਹੋਏ ਨੁਮਾਇੰਦਿਆਂ ਦੇ ਕੋਈ ਅੱਛਾ ਚੁਣੇ ਹੋਏ ਨੁਮਾਇੰਦੇ ਵੀ ਮਹਿਸੂਸ ਕਰਨ ਲੱਗੇ ਇੱਕ ਛੋਟੀ ਜਿਹੀ ਧਾਰਨ ਨਾ ਸੀ ਮੈਂ ਕਿਉਂ ਕਹਿਣਾ ਵੀ ਸਾਡੇ ਦਰਸ਼ਕਾਂ ਨੂੰ ਗੱਡ ਕਲੀਅਰ ਹੋ ਜੇ ਜੀ ਇੱਕ ਬੜਾ ਅੱਛਾ ਬੰਦਾ ਚੰਗਾ ਵੱਡਾ ਅਫਸਰ ਰਿਟਾਇਰ ਹੋਇਆ ਇੱਕ ਪਾਰਟੀ ਚ ਚੁਣਿਆ ਵੀ ਗਿਆ ਹਮ ਤੇ ਉਹ ਦੂਜੀ ਪਾਰਟੀ ਚੜਾ ਗਿਆ ਹਮ ਰੂਟਿੰਗ ਪਾਰਟੀ ਚਲਾ ਗਿਆ ਮੈਨੂੰ ਮਿਲਿਆ ਇੱਕ ਦਿਨ ਪਹਿਲਾਂ ਅਜੇ ਗਿਆ ਨਹੀਂ ਸੀ ਉਦੋਂ ਸੀ ਆ ਰਹੇ ਸੀ ਉਦੋਂ ਨੂੰ ਜਾ ਰਹੇ ਸੀ ਉਹਨਾਂ ਰੋਕੀ ਗੱਡੀ ਫਟਫਟ ਆਇਆ ਬੀ ਡਾਕਟਰ ਸਾਹਿਬ ਇਦਾਂ ਮੇਗਾ ਆਤ ਕਰ ਲੇ ਕੋ ਪਿੰਡਾਂ ਚਾ ਕੇ ਗੱਲ ਗੁੱਲ ਕਰ ਲਿਆ ਕਰੋ ਆਪਦੀ ਪਿੰਡਾਂ ਨੂੰ ਲੋਕਾਂ ਨੂੰ ਉਹ ਕਰੋ ਉਦੋਂ ਦੂਜੀ ਪਾਰਟੀ ਚੜਗਾ ਤਾਂ ਉਹਨਾਂ ਦਾ ਜਵਾਬ ਇਹ ਸੀ ਕਿ ਕੋਈ ਕੰਮ ਹੁੰਦੇ ਨਹੀਂ ਸੀ ਜੀ ਫਿਰ ਸੋਚਿਆ ਵੀ ਰੂਟਿੰਗ ਪਾਰਟੀ ਨਾਲ ਹੀ ਕੰਮ ਤਾਂ ਹੋਣਗੇ ਜੇ ਸਾਡੇ ਐਮਐਲਏ ਨੂੰ ਇਹ ਨਹੀਂ ਪਤਾ ਕਿ ਮੇਰੇ ਕੋਲ 100 ਪਿੰਡ ਹੈ ਮੇਰੇ ਹਲਕੇ ਚ 100 ਪਿੰਡ ਹੂੰ ਉਸ 100 ਪਿੰਡ ਚ ਜਾ ਕੇ ਗ੍ਰਾਮ ਸਭਾਵਾਂ ਕਰਾਉਣੀਆਂ ਉੱਥੇ ਤੁਹਾਡੇ ਕਹੇ ਤੋਂ ਨਹੀਂ ਆਏਗਾ ਐਸਐਮਓ ਸਰਟੀਫਿਕੇਟ ਦੇਣ ਵਾਸਤੇ ਬੁਢਾਪਾ ਪੈਨਸ਼ਨ ਦੇ ਵਿਧਵਾ ਪੈਨਸ਼ਨ ਦੇ ਮੈਡੀਕਲ ਗ੍ਰਾਮਿਨੇਸ਼ਨ ਉਹਨਾਂ ਨੂੰ ਉੱਥੇ ਹਸਪਤਾਲ ਭੇਜੋ ਤੇ ਕਹੋ ਨਹੀਂ ਤਾਂ ਸੈਂਟਰੀ ਚ ਪ੍ਰਿਵੀਲੇਜ ਮੋਸ਼ਨ ਨੂੰ ਮੂਵ ਕਰੋ ਜੀ ਜੀ ਤੇ ਜੀ ਇਹ ਆਪਰ ਕੀ ਕਰਦਾ ਤਸੀਲਦਾਰ ਕਿਵੇਂ ਕੰਮ ਕਰੂਗਾ ਤੁਸੀਂ ਇਹ ਨਾ ਕਹੋ ਵੀ ਉਹ ਰਿਹਾ ਆਵੇ ਰੂਲਿੰਗ ਪਾਰਟੀ ਦੇ ਖਾਤੇ ਉੱਤੇ ਆਜੂਗਾ ਪਰ ਜਦ ਤੁਸੀਂ ਇਕੱਠੇ ਹੋ ਕੇ ਉਹ ਤਾਂ ਛੱਡੋ ਐਮਰ ਦੇ ਨੇ ਮੈਂ ਕਹਿੰਦਾ ਸਾਡੇ ਵਰਗੇ 50 ਬੰਦਿਆਂ ਨੂੰ ਜਾਂ 100 ਬੰਦਿਆਂ ਨੂੰ ਇਕੱਠਾ ਕਰਕੇ ਲੈ ਕੇ ਜਾਂਦੇ ਨੇ ਉਦੋਂ ਅਗਲੀ ਦੀ ਬਾਪ ਵੱਜ ਜਾਂਦੀ ਆ ਯਾਰ ਇਹ ਖੜੇ ਨੇ ਹੁਣ ਸੋ ਜਦ ਤੱਕ ਤੁਸੀਂ ਲੋਕਾਂ ਜੇ ਤੁਸੀਂ ਫੈਸਲਾ ਕਰ ਲਈ ਲੋਕਾਂ ਦਾ ਕੰਮ ਤੇ ਜੀ ਮੈਂ ਹੀ ਕਰੂੰਗਾ ਫਿਰ ਮਾਰੀ ਲੋਕਾਂ ਦਾ ਕੰਮ ਲੋਕ ਕਰਨ ਲੋਕਾਂ ਨੂੰ ਤਾਕਤ ਮਿਲੇ ਤੁਸੀਂ ਉਹਨਾਂ ਦੀ ਹੈਲਪ ਕਰਨੀ ਹੈ ਇਸੇ ਕਰਕੇ ਜਦ ਵੀ ਪਾਰਟੀਆਂ ਦਾ ਤੇ ਆਪਸ ਵਿੱਚ ਕੋਈ ਇਸ ਨਾਲ ਦਾ ਝਗੜਾ ਚੱਲਦਾ ਹੈ ਉਹਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ ਉਹਦਾ ਹੋਣਾ ਹੀ ਹੋਣਾ ਹੈ ਉਹਨੂੰ ਕੋਈ ਬਾਉਂਡ ਟੂ ਵੀ ਹੈ ਕਿ ਇਹ ਨੁਕਸਾਨ ਹੋਵੇ ਉਹ ਕਈ ਵਾਰੀ ਕਹਿੰਦੇ ਨੇ ਵੀ ਵਿਨਾਸ਼ ਕਾਲੇ ਵਿਪਰੀਤ ਬੁੱਧੀ ਵਿਨਾਸ਼ ਕਾਲੇ ਵਿਪਰੀਤ ਬੁੱਧੀ ਜੀ 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 ਇਹ ਜਿਹੜੀ ਆ ਨਾ ਇਹ ਸਾਡੇ ਬਹੁਤ ਔਖਾ ਹੁੰਦਾ ਹੈ ਸਾਡੇ ਤਾਂ ਇਹ ਜਿਹਾ ਹਾਲ ਹੋਇਆ ਹੈ ਵੀ ਪੰਜ ਪਿੰਡ ਨਹੀਂ ਦਿੱਤੇ ਸੀ ਇਹ 18 ਕੋਣੀ ਸੈਨਾ ਖਰਾਬ ਕਰਾ ਲਈ ਸੀ ਹੂੰ ਸੋ ਇਸ ਕਰਕੇ ਸਾਨੂੰ ਕਹਿੰਦੇ ਅਕਲ ਕੀ ਖਾਂਦੀ ਹੈ ਗੰਮ ਉਹ ਰਾਜਾ ਬੰਦੇ ਨੂੰ ਨਰਮੀ ਨਾਲ ਕੋਈ ਸਾਡੇ ਕੋਲ ਕਈ ਵਾਰ ਮਰੀਜ਼ ਆ ਕੇ ਉਲਟਾ ਹਸਪਤਲ ਹੋ ਜਾਂਦੇ ਨੇ ਥੋੜੇ ਕਹਿੰਦੇ ਅਸੀਂ ਮਰੀਜ਼ ਦਾ ਕਰਨਾ ਤਾਂ ਕਿ ਫਿਰ ਸਾਡੇ ਕੋਲ ਇੰਨੀ ਕੀ ਤਾਂ ਹੈ ਜੀ ਵੀ ਨਾ ਕਰੀਏ ਇਲਾਜ ਉਹਦਾ ਪਰ ਜੇ ਨਹੀਂ ਕਰਾਂਗੇ ਫਿਰ ਤਾਂ ਸੀ ਉਹਦੇ ਬਰਾਬਰ ਤੇ ਆਗੇ ਇਹ ਤਾਂ ਅਸੀਂ ਬੇਈਮਾਨ ਬੇਈਮਾਨ ਹੋ ਗਏ ਸਾਡਾ ਕੰਮ ਹੈ ਉਹਦਾ ਇਲਾਜ ਕਰਨਾ ਗੁੱਸੇ ਚ ਕਹਿ ਗਿਆ ਸਾਡੇ ਕਿਹੜਾ ਨੂਨ ਟਿੱੜਕ ਗਿਆ ਸਾਡੇ ਕਿਹੜਾ ਕੋਈ ਟਾਲਣ ਨਾਲ ਆਉਣੇ ਕਾਇ ਗੱਲ ਤਾਂ ਕਾਇ ਗੱਲ ਹੀ ਸਹੀ ਸਹੀ ਗੱਲ ਲੋਕਾਂ ਦਾ ਜਿਹੜਾ ਸਮਝ ਹੋਣੀ ਚਾਹੀਦੀ ਹੈ ਕਿ ਜਿੰਨਾ ਜਿੰਨਾ ਕੋਈ ਦਰਖਤ ਨੂੰ ਫਲ ਲੱਗਦੇ ਨੇ ਉਨਾਂ ਹੀ ਉਹ ਜਾਦਾ ਨੀਮਾ ਹੁੰਦਾ ਹੈ ਜੀ ਪਰ ਇੱਕ ਗੱਲ ਨਿਮਾਨ ਚ ਮੈਂ ਕਹਾਂਗਾ ਗੁਰੂ ਸਾਹਿਬ ਨੇ ਕਹੀ ਹੈ ਮੈਨੂੰ ਅਪਰਾਧੀ ਦੂਣਾ ਨਵੇ ਜੋ ਹੰਤਾ ਮਿਰਗਾ ਹੈ ਹੂੰ ਹੂੰ ਚੀਜ਼ ਨਵਾਏ ਗਿਆ ਥੀਏ ਜਾਂ ਰੀਦੇ ਕੁਸਦ ਦੇ ਚਾ ਜੀ ਜੇ ਤੁਹਾਡੇ ਮਨ ਚ ਖੋਟ ਆ ਫਿਰ ਤੁਸੀਂ ਜਿੰਮੇ ਮਰਜੀ ਝੁੱਕ ਕੇ ਪੈਰੀ ਹੱਥ ਲਾਈ ਜੋ ਇਹ ਲੋਕ ਕੋਈ ਫਾਇਦਾ ਨਹੀਂ ਜੀ ਮਨ ਨੂੰ ਸਾਫ਼ ਰੱਖਣਾ ਹੈ ਨਿਰਮਾਨ ਹੋ ਕੇ ਰਹਿਣਾ ਹੈ ਆਪਦੇ ਨੌਲੇਜ ਦਾ ਆਪਦੀ ਤਾਕਤ ਦਾ ਆਪਦੇ ਪੈਸੇ ਦਾ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਜੀ ਕਬੀਰ ਸਾਹਿਬ ਨੇ ਕਿਹਾ ਕਬੀਰਾ ਘਰਬਣਾ ਕੀ ਜੀ ਉੱਚਾ ਦੇਖ ਆਵਾਸ ਆਜ ਗਲ ਪੋਈ ਦੇਖਾ ਕਬੀਰਾ ਘਰਬਣਾ ਕੀ ਹੈ ਦੇਹੀ ਦੇਖ ਸੁਰੰਗ ਆ ਦੇ ਕਾਲ ਤਾ ਜਾਓਗੇ ਜੋ ਕਾਂਚਰੀ ਪਜੰਗ ਕਬੀਰਾਂ ਗਰਵਣਾ ਕੀ ਜੇ ਰੰਕ ਨਾ ਹਸੀ ਆ ਜਿਹੜੀ ਮੈਂ ਗੱਲ ਕਹਿਣੀ ਚਾਹੁੰਦੀ ਕਬੀਰਾਂ ਗਰਵਣਾ ਕੀ ਜੇ ਰੰਕ ਨਾ ਹਸੀ ਕੋਏ ਅਜੇ ਤੋਂ ਨਾਬ ਸੰਬੰਧ ਨੇ ਕਿਆ ਜਾਣੋ ਕਿਆ ਹੋਏ ਜਾਣ ਕੋਈ ਹੈ ਡਾਕਟਰ ਸਾਹਿਬ ਬਹੁਤ ਸੋਹਣਾ ਬਹੁਤ ਬਹੁਤ ਹੀ ਵਧੀਆ ਪ੍ਰੋਗਰਾਮ ਆਪਾਂ ਕਰ ਰਹੇ ਆ ਹੁਣ ਆਪਾਂ ਨਾ ਜਿਹੜੇ ਖਦਸ਼ੇ ਸੀ ਉਹ ਤਾਂ ਕਰਤੇ ਦੂਰ ਇੱਕ ਦੋ ਆਪਣੇ ਕੋਲ ਹੈਗਾ ਆ ਲਾਸਟ ਸੈਗਮੈਂਟ ਚ ਆਪਾਂ ਮੁੱਦਿਆਂ ਤੇ ਆਉਨੇ ਆ ਇੱਕ ਦੋ ਮੁੱਦੇ ਜਿਹੜੇ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਰੁਕ ਗੋ ਛੋਟੀ ਜੀ ਬ੍ਰੇਕ ਲਈ ਆ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਪਿਆਰੇ لال ਗਰਗ ਬਹੁਤ ਸੋਹਣਾ ਲੈਬਰੇਟ ਕਰ ਰਹੇ ਬਹੁਤ ਸੋਹਣਾ ਕਲੀਅਰ ਕਰ ਰਿਹਾ ਹਰ ਖਦਸ਼ੇ ਨੂੰ ਆਪਾਂ ਨੂੰ ਰੁਕਣਾ ਪਿਆ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ ਇਦੇ ਬਣੇ ਰਹੋ ਜਸ ਪੰਜਾਬੀ ਦੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਜੁੜੋ ਹੈ ਨੇ ਮਾਨਯੋਗ ਡਾਕਟਰ ਪਿਆਰੇ لال ਗਗ ਡਾਕਟਰ ਸਾਹਿਬ ਬੜੇ ਖਦਸ਼ੇ ਬਹੁਤ ਚੰਗੀ ਤਰ੍ਹਾਂ ਤੁਸੀਂ ਦੂਰ ਕੀਤੇ ਹੁਣ ਮੈਂ ਨਾ ਜਿਹੜੇ ਆਪਣੇ ਕੋਲ ਲਾਸਟ ਸੈਗਮੈਂਟ ਹੈ ਜਿਹੜੇ ਜ਼ਰੂਰੀ ਜਿਹੜੇ ਜ਼ਰੂਰੀ ਮੁੱਦੇ ਆ ਜਿਹੜੇ ਮੈਨੂੰ ਖੁਦ ਨੂੰ ਕਨਫਿਊਜ਼ਨ ਹੈ ਵੀ ਉਹ ਕਿੱਦਾਂ ਫਿਕਸ ਹੋਣਗੇ ਆ ਪਹਿਲਾਂ ਆਪਾਂ ਬੱਚਿਆਂ ਤੇ ਆਉਨੇ ਆ ਮੈਂ ਨਾ ਇੰਟਰਵਿਊ ਕਰ ਰਿਹਾ ਸੀਗਾ ਲਾਸਟ ਵੀਕ ਬਹੁਤ ਸੋਹਣੀ ਗੱਲ ਮੈਡਮ ਸਰਵਜੀਤ ਕੌਰ ਮਾਨੂੰਕੇ ਜੀ ਉਹ ਜਗਰਾਉਂ ਤੋਂ ਸਿਟਿੰਗ ਐਮ ਐਲ ਏ ਬਹੁਤ ਸੋਹਣਾ ਉਹਨਾਂ ਨੇ ਇੱਕ ਗੱਲ ਕੀਤੀ ਮੈਂ ਪੂਰਾ ਦੋ ਤਿੰਨ ਦਿਨ ਉਸ ਬਾਰੇ ਸੋਚਦਾ ਰਿਹਾ ਤੇ ਫਿਰ ਮੈਂ ਕਿਹਾ ਵੀ ਡਾਕਟਰ ਸਾਹਿਬ ਤੋਂ ਤੁਸੀਂ ਕਨਫਿਊਜ਼ਨ ਇਹ ਦੂਰ ਕਰਿਓ ਕਿ ਪੰਜਾਬ ਸਰਕਾਰ ਨੇ ਤੁਹਾਡੇ ਵਰਗੇ ਚੰਗੀ ਸ਼ਖਸੀਅਤਾਂ ਤੋਂ ਪੁੱਛ ਕੇ ਸਕੂਲ ਖੋਲੇ ਹੋਣਗੇ ਫਿਰ ਲੁਧਿਆਣੇ ਦੇ ਵਿੱਚ ਅਡਡ ਮੈਂ ਨਾਮ ਨਹੀਂ ਲਾਉਂਗਾ ਕਿਉਂਕਿ ਮੈਂ ਕਿਸੇ ਨੂੰ ਪੈਨਿਕ ਨਹੀਂ ਕਰਨਾ ਚਾਹੁੰਦਾ ਠੀਕ ਹੈ ਅਡਡ ਸਕੂਲਾਂ ਦੇ ਵਿੱਚ ਅਡਡ ਜੋ ਹੈ ਅਮ ਬੱਚੇ ਕਰੋਨਾ ਪੋਜ਼ਿਟਿਵ ਆ ਗਿਆ ਹੁਣ ਜਿਹੜਾ ਡੈਲਟਾ ਵੇਰੀਐਂਟ ਹੈ ਉਹ ਕਹਿੰਦੇ ਬੱਚਿਆਂ ਲਈ ਜ਼ਿਆਦਾ ਘਾਤਕ ਹੈ ਉਹਨਾਂ ਦੀ ਗੱਲ ਮੈਂ ਤੁਹਾਨੂੰ ਰਿਪੀਟ ਕਰ ਬਹੁਤ ਸੋਹਣੀ ਗੱਲ ਕੀਤੀ ਉਹ ਕਹਿੰਦੇ ਕੋਈ ਬਜ਼ੁਰਗ ਚੱਲਾ ਜੇ ਆਪਾਂ ਜਾਰ ਲਾਂਗੇ ਕੋਈ ਉਦੋਂ ਘਟ ਉਮਰ ਵਾਲਾ ਆਵੇ ਆਪ ਅਡਜਸਟ ਕਰ ਲਾਂਗੇ ਪਰ ਕਿਤੇ ਉਹ ਸਿਚੁਏਸ਼ਨ ਨਾ ਆ ਜੀ ਜਿੱਥੇ ਆਪਾਂ ਨੂੰ ਬੱਚੇ ਆਪਣੇ ਕੋਲੋਂ ਜਾਣ ਲੱਗ ਜਾਣ ਰੱਬ ਨਾ ਕਰੇ ਟੱਚ ਇਦਾਂ ਦੀ ਕੋਈ ਆਪਾਂ ਮੂੰਹ ਚੋਂ ਨਹੀਂ ਕੱਢਦੇ ਪਰ ਆ ਜਿਹੜੀ ਸਿਚੁਏਸ਼ਨ ਹੈ ਸਰਕਾਰ ਨੇ ਸੋਸ਼ਸਮਸ ਕੇ ਸਕੂਲ ਖੋਲਲੇ ਹੁਣ ਪੋਜ਼ਿਟਿਵ ਆ ਹੁਣ ਲੇਟਲੀ ਪੰਜਾਬ ਸਰਕਾਰ ਦਾ ਕੀ ਹੋਊਗਾ ਕਿ ਉਹ ਬੰਦ ਕਰਨਗੇ ਜਾਂ ਖੋਲਣਗੇ ਪਰ ਸਾਰੀ ਸਿਚੁਏਸ਼ਨ ਨੂੰ ਤੁਸੀਂ ਵਾਚ ਕਰਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਬੱਚੇ ਬੈਕ ਟੂ ਸਕੂਲ ਜਾਣ ਜਾਂ ਨਾ ਜਾਣ ਦੋ ਕੋਗਰ ਵਰਗੀ ਤੇ ਵੀ ਗਲਤੀ ਇਹ ਹੈ ਅ ਮਾਨੋਜੀ ਜੀ ਬੜੇ ਸਤਿਕਾਰਯੋਗ ਨੇ ਜੀ ਵੀ ਉਹਨਾਂ ਨਾਲ ਬੜੀ ਇੱਕ ਦੋ ਜੀ ਫੋਨ ਤੇ ਵੀ ਗੱਲ ਹੋਈ ਹੈ ਜੀ 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 ਸਿੱਖਿਆ ਦੇ ਉੱਤੇ ਵੀ ਗੱਲ ਹੋਈ ਹੈ ਸਿਹਤ ਤੇ ਵੀ ਹੋਈ ਹੈ ਕੋਈ ਐਸੀ ਗੱਲ ਨਹੀਂ ਹੈ ਹੂੰ ਹੂੰ ਅ ਸ਼ੀ ਇਜ਼ ਓਪਨ ਟੂ ਸੁਜੈਸ਼ਨਸ ਹਾਂਜੀ ਹਾਂਜੀ ਆਹ ਮੈਂ ਕੀ ਕਹਾਂਗਾ ਵੀ ਸਾਡਾ ਨਾ ਇੱਕ ਸਾਡੇ ਸਾਰੇ ਸਿਸਟਮ ਦਾ ਦੁਖਾਨ ਹੈ ਹੂੰ ਉਹ ਦੁਖਾਨ ਇਹ ਹੈ ਕਿ ਅਸੀਂ ਇੱਕ ਪਾਸਾ ਜਿਹੜਾ ਸਾਡੇ ਸਾਹਮਣੇ ਜਿਹੜਾ ਰੌਲਾ ਪੰਦਾ ਹੋਵੇ ਉਹਨੂੰ ਦੇਖੀਏ ਨਾ ਦੂਜੇ ਨੂੰ ਦੇਖਦੇ ਨਹੀਂ ਜੀ ਹੁਣ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦਾ ਅੰਤਰ ਅਸੀਂ ਦੇਖ ਨਹੀਂ ਰਹੇ ਪ੍ਰਾਈਵੇਟ ਸਕੂਲ ਕਹਿੰਦੇ ਸਕੂਲ ਖੋਲੋ ਅੱਜ ਜੀ ਇਹਦੇ ਜਿੰਨ ਤੋਂ ਕਹਿ ਰਹੇ ਨੇ ਸਰਕਾਰੀ ਚਾਹੁੰਦੇ ਨੇ ਵੀ ਸਕੂਲ ਬੰਦ ਰਹੇ ਜਿੰਨੇ ਬੱਚੇ ਤੁਸੀਂ ਦੁਦਿਆਣਾ ਦਾ ਦੱਸਿਆ ਸਮਰਾਲੇ ਦੇ ਨੇ ਹੋਰ ਨੇ ਉਹ ਗਿਣਤੀ ਸੈਂਕੜਿਆਂ ਤੋਂ ਨਹੀਂ ਟੱਪਦੀ 22 ਲੱਖ ਬੱਚਾ ਸਰਕਾਰੀ ਸਕੂਲਾਂ ਚ ਪੜਦਾ ਹੈ ਤਾਂ ਇੰਨਾ ਵੱਡਾ ਸਵਾਲ ਮੇਰਾ ਇਹ ਹੈ ਵੀ ਜਿਹੜੇ ਬਾਕੀ 39 ਲੱਖ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਦੇ ਨੇ ਉੱਥੇ ਕਰੋਨਾ ਨੂੰ ਕੋਈ ਵਾਰ ਗੱਡੀ ਹੋਈ ਆ ਹੂੰ ਉੱਥੇ ਕਰੋਨਾ ਦੇ ਕੇਸ ਕਿਉਂ ਨਹੀਂ ਆ ਰਹੇ ਜਦ ਕਿ ਸਾਡੇ ਸਾਹਮਣੇ ਰਿਪੋਰਟਾਂ ਨੇ ਵੀ ਹਰ ਦੁਆਰ ਜਿਹੜੇ ਹੋਏ ਟੈਸਟ ਉਹ ਸਾਰੇ ਟੈਸਟ ਹੀ ਝੂਠੇ ਦੇਤੇ ਜਿਹੜਾ ਚਾਹੁੰਦਾ ਨੈਗੇਟਿਵ ਰਿਪੋਰਟ ਲੈਣੀ ਬਾਹਰ ਜਾਣ ਵਾਸਤੇ ਉਹਨੂੰ ਨੈਗੇਟਿਵ ਦੇ ਦਿੰਦੇ ਨੇ ਜਿਹੜਾ ਪੋਜ਼ਿਟਿਵ ਚਾਹੁੰਦਾ ਉਹ ਪੋਜ਼ਿਟਿਵ ਦੇ ਦਿੰਦੇ ਨੇ ਕੀ ਇਹ ਰਿਪੋਰਟਾਂ ਪੋਜ਼ਿਟਿਵ ਨੈਗੇਟਿਵ ਸੱਚੀ ਮੁੱੱਚੀ ਸੱਚ ਨੇ ਇੱਕ ਵੱਡਾ ਸਵਾਲ ਜੀ ਇਹ ਸਵਾਲ ਮੈਂ ਇਹਨੂੰ ਅਜੇ ਵਿਗਿਆਨ ਦੇ ਵਿਦਿਆਰਥੀ ਦੇ ਤੌਰ ਤੇ ਕਰਦਾ ਵੀ 35 ਲੱਖ ਬੱਚਾ ਜਿੱਥੇ ਪੜਦਾ ਹੈ ਉੱਥੇ ਕੋਈ ਵੀ ਕਰੋਨਾ ਦਾ ਕੇਸ ਨਾ ਹੋਵੇ ਤੇ ਜਿੱਥੇ 22 ਲੱਖ ਬੱਚਾ ਪੜਦਾ ਹੈ ਇਹ ਇੱਕ ਇਹ ਵੱਡਾ ਸਵਾਲ ਹੈ ਜੀ ਦੂਜਾ ਇਹ ਸਵਾਲ ਹੈ ਵੀ ਕੋਰੋਨਾ ਦਾ ਜਿਹੜਾ ਇਨਕੂਬੇਸ਼ਨ ਪੀਰੀਅਡ ਹੈ ਹੂੰ ਉਹ ਐਵਰੇਜ 5 6 ਦਿਨ ਹੈ ਤੇ ਉਂਝ 14 ਦਿਨ ਤੱਕ ਆਏ 29 ਦਿਨ ਤੱਕ ਵੀ ਆਇਆ 28 ਦਿਨ ਤੱਕ ਵੀ ਉਹਦਾ ਵੀ ਜਨ ਕੇ ਇਨਫੈਕਟ ਹੋਣ ਤੋਂ ਬਾਅਦ ਇਸ ਕਰਕੇ 14 ਦਿਨ ਦੀ ਕੁਆਰੰਟਾਈਨ ਕਰਦਿਆਂ ਵੀ 14 ਦਿਨ ਕੁਆਰੰਟਾਈਨ ਰਹੋ ਭਾਈ ਇੱਕ ਪਾਸੇ ਰਹੋ ਤਾਂ ਕਿ ਇਹ ਜੇ 14 ਦਿਨ ਦੀ ਜਿੱਦੇ ਸਕੂਲ ਖੋਲਣ ਤੋਂ ਤਿੰਨੇ ਦਿਨ ਤਿੰਨੇ ਦਿਨਾਂ ਬਾਅਦ ਕੋਰੋਨਾ ਪੋਜ਼ਿਟਿਵ ਕੇ ਮਾਮਲੇ ਆਣ ਲੱਗੇ ਇਹਦਾ ਮਤਲਬ ਜਤੋਂ ਪਹਿਲਾਂ ਕੋਰੋਨਾ ਸੀ ਜਾਂ ਫਿਰ ਰਿਪੋਰਟ ਨਹੀਂ ਆਈ ਸੋ ਫਿਰ ਸਰਕਾਰੀ ਇਕ ਤਾਂ ਇਹ ਵੱਡੀ ਗੱਲ ਹੈ ਇਹ ਸਵਾਲ ਸਾਡੇ ਸਾਹਮਣੇ ਆਇਆ ਖੜਾ ਰਹੇਗਾ ਦੂਜਾ ਸਵਾਲ ਇਹ ਸੀ ਵੀ ਜਿੱਦ ਦੇ ਸਰਕਾਰ ਨੇ ਸਕੂਲ ਖੋਲੇ ਸੀ ਮੈਂ ਉਹਦੇ ਵੀ ਕਿਹਾ ਸੀ ਮੈਂ ਹੁਣ ਵੀ ਕਹਿਣਾ ਉਹਦੇ ਪਰ ਚਾਂਸ ਵਕ ਵਕ ਟੀਵੀਆਂ ਦਾ ਨੇ ਬਹਿਸ ਵੀ ਕਰੀ ਮੈਂ ਕਿਹਾ ਸੀ ਵੀ ਜਿੱਦ ਦੇ ਪਹਿਲਾਂ ਸਕੂਲੇ ਬੰਦ ਗਲਤ ਕਰੇ ਗਏ ਸੀ ਹੂੰ ਇਹ ਸੈਂਟੀਮੈਂਟ ਬਣਾਉਣਾ ਕਿ ਜੀ ਦੇਖੋ ਬੱਚਾ ਚੜਾ ਜਾਊਗਾ ਬਹੁਤ ਔਖਾ ਫੜਾਣਾ ਇਹ ਸਭ ਨੂੰ ਪਤਾ ਹੈ ਹੂੰ ਇਹਦਾ ਕੋਈ ਪਤਾ ਇਹੀ ਜੀਆਂ ਗੱਲਾਂ ਕਰਕੇ ਤਾਂ ਸੈਂਟੀਮੈਂਟ ਬਣਾਉਣਾ ਸੀ ਮੈਂ ਕਹਿੰਦਾ ਬੱਚਾ ਬਜ਼ੁਰਗ ਚੜਾ ਜਾਵੇ ਫਿਰ ਫਿਰ ਸੌਖਾ ਕਿਉਂ ਚੜਾ ਜਾਵੇ ਉਹ ਗੱਲ ਪ੍ਰਕਿਰਿਆ ਸਾਡੇ ਵਾਸਤੋਂ ਬਾਹਰ ਹੋਵੇ ਇਹ ਕਹਿਣਾ ਆਪਣੇ ਆਪ ਚ ਮੈਨੂੰ ਜੱਜਦਾ ਨਹੀਂ ਕਰੀ ਵੀ ਵੀ ਕੋਈ ਨਹੀਂ ਜੀ ਜੇ ਨੌਜਵਾਨ ਚਲੇ ਜਾਓ ਜੀ ਇਹ ਬਜ਼ੁਰਗ ਚਲੇ ਜਾਓ ਕਿਸੇ ਦਾ ਵੀ ਜਾਨਾ ਠੀਕ ਨਹੀਂ ਆ ਜਾਏ ਕਹਿੰਦੇ ਪਰ ਸਾਡੇ ਵਾਸਤ ਨਹੀਂ ਹੋ ਸੋ ਸਾਨੂੰ ਗੱਲ ਕਰਨੀ ਚਾਹੀਦੀ ਹੈ ਤੱਥਾਂ ਦੇ ਆਧਾਰ ਤੇ ਨਾ ਕਿ ਐਂ ਸੈਂਟੀਮੈਂਟ ਬਣਾ ਕੇ ਜਦ ਸਿਆਸਤ ਸੈਂਟੀਮੈਂਟ ਬਣਾ ਕੇ ਗੱਲ ਕਰਦਾ ਹੈ ਹੂੰ ਹੂੰ ਟੀਵੀ ਦੇ ਉੱਤੇ ਵੀ ਰੇਡੀਓ ਦੇ ਉੱਤੇ ਵੀ ਆ ਮੈਨੂੰ ਲੱਗਦਾ ਵੀ ਫਿਰ ਫਿਰ ਠੀਕ ਆ ਫਿਰ ਸਿਰਫ ਥੋੜੀ ਥਲੀਆਲੀ ਪੋਲਟਿਕਸ ਤੁਹਾਡੇ ਕਹਿੰਦੇ ਆਪਾਂ ਪ੍ਰੈਕਟੀਕੈਲਿਟੀ ਤੋਂ ਦੂਰ ਜਾ ਰਹੇ ਆ ਪ੍ਰੈਕਟੀਕੈਲਿਟੀ ਤੋਂ ਆਪਾਂ ਦੂਰ ਜਾ ਰਹੇ ਹਾਂ ਜੇ ਆਪਾਂ ਸੈਂਟੀਮੈਂਟਸ ਲਿਆਏ ਜੀ ਜੀ ਪਰ ਹੁਣ ਜਿਹੜੀ ਸਿਚੁਏਸ਼ਨ ਹੋਣੀ ਹੈ ਡਾਕਟਰ ਸਾਹਿਬ ਜੀ ਇਹ ਜਿੱਤੇ ਸਕੂਲ ਬੰਦ ਕਰੇ ਸੀ ਪਹਿਲਾਂ ਵੀ ਮੁਲਕ ਦੁਨੀਆ ਦੇ ਐਸੇ ਨਹੀਂ ਜਿਨ੍ਹਾਂ ਨੇ ਕੋਈ ਸਕੂਲ ਨਹੀਂ ਬੰਦ ਕਰਿਆ ਕੋਈ ਬੱਚੇ ਬਿਮਾਰ ਨਹੀਂ ਹੋਏ ਕਰੇ ਨਹੀਂ ਬੱਚਿਆਂ ਦੇ ਵਿੱਚ ਡੈਥ ਰੇਟ ਮੈਂ ਕਿਉਂ ਕਹਿਣਾ ਚਾਹੁੰਨਾ ਦਰਸ਼ਕਾਂ ਵਾਸਤੇ 15 ਸਾਲ ਦੀ ਉਮਰ ਤੱਕ ਡੈਥ ਰੇਟ ਇੰਡੀਆ ਚ ਵੀ ਵਰਲਡ ਦੇ ਵਿੱਚ ਵੀ 0.2% ਹੈ ਹਮ 15 ਤੋਂ 29 ਤੱਕ ਜੀ 1.5% ਹੈ ਰਲਾ ਕੇ ਲਾ ਲਈਏ ਵੀ 2% ਡੈਥ ਰੇਟ ਹੈ ਜੀ ਇੰਨੇ ਤਾਂ ਐਕਸੀਡੈਂਟਲ ਹੋ ਜਾਂਦੇ ਨੇ ਸਕੂਲ ਬੰਦ ਕਰਨ ਦੀ ਲੋੜ ਨਹੀਂ ਸੀ ਹੁਣ ਲੋੜ ਕੀ ਸੀ ਸਰਕਾਰ ਨੇ ਅੱਖਾਂ ਵਿੱਚ ਕੇ ਕਹਿਤਾ ਸੋਸ਼ਲ ਡਿਸਟੈਂਸ ਰੱਖੋ ਜੀ ਨੂੰ ਆਪਾਂ ਫਿਜ਼ੀਕਲ ਵੀ 6 ਫੁੱਟ ਦੀ ਦੂਰੀ ਤੇ ਰਹੋ ਮੈਂ ਸਕੂਲ ਵਿਜ਼ਿਟ ਕਰੀ ਨਾ ਗਵਰਨਮੈਂਟ ਦੀ ਇੱਕ ਕਮੇਟੀ 'ਚ ਸੀਗਾ ਮੈਂ ਅਸੀਂ ਇੱਥੇ ਖਾਰੜ ਦੇ ਮੁਹੱਦੀ ਦੇ ਸਰਕਾਰੀ ਪ੍ਰਾਈਵੇਟ ਐਡਿਡ ਇਹਨੇ ਕਿਸਮ ਦੇ ਸਕੂਲ ਵਿਜ਼ਿਟ ਕਰੀ ਨਹੀਂ ਸਾਨੂੰ ਇੱਕ ਵੀ ਸਕੂਲ ਐਸਾ ਨਹੀਂ ਲੱਭਿਆ ਜਿੱਥੇ ਬੈਂਚਾਂ ਤੇ ਬੱਚੇ ਨਾਲ-ਨਾਲ ਜੁੜ ਕੇ ਨਾ ਬੈਠੇ ਹੋਣ ਏ ਤੁਸੀਂ ਰੀਸੈਂਟ ਗੱਲ ਕਰ ਰਹੇ ਹੋ ਕਰੋਨਾ ਮਹਾਮਾਰੀ ਤੋਂ ਬਾਅਦ ਨਹੀਂ ਕਰੋਨਾ ਮਹਾਮਾਰੀ ਤੋਂ ਪਹਿਲਾਂ ਦੀ ਗੱਲ ਕਰਦਾ ਮੇਰਾ ਜੁੜ-ਜੁੜ ਕੇ ਬੈਠਦੀ ਸੀ ਯਾਨੀ ਕਿ ਸਕੂਲ ਦੇ ਪ੍ਰਬੰਧ ਮੈਂ ਪ੍ਰਬੰਧ ਦੀ ਗੱਲ ਕਰਦਾ ਜੀ 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 ਇਹ ਨਾ ਕਦ ਜਦ ਜੁੜ-ਜੁੜ ਕੇ ਬੱਚੇ ਬੈਠਨੇ ਨੇ ਚਾਹੇ ਪ੍ਰਾਈਵੇਟ ਸਕੂਲ ਹੈ ਚਾਹੇ ਸਰਕਾਰੀ ਸਕੂਲ ਹੈ ਹੂੰ ਤੇ ਉਹ ਫਿਰ ਡਿਸਟੈਂਸ ਰਹਿ ਨਹੀਂ ਸਕਦਾ ਹੂੰ ਹੂੰ ਦੂਜੀ ਗੱਲ ਜਦ 2000 ਬੱਚਾ ਸਕੂਲ ਤੋਂ ਇਕੱਠਾ ਨਿਕਲਣਾ ਆਉਂਦੇ ਹੋਏ ਤਾਂ ਚਲੋ ਕੱਲ ਨਿਕਲਿਆ ਆਉਂਦੇ ਨੇ ਜਾ 2000 ਵਿੱਚ ਇਕੱਠਾ ਨਿਕਲਣਾ ਉਹ ਤਾਂ ਇਕੱਠੇ ਹੋਣਗੇ ਜੀ ਗੇਟ ਦਾ ਇੱਕ ਦੋ ਵੀ ਹੋਣਗੇ ਸਰਕਾਰ ਨੇ ਜਿਹੜਾ ਤਾ ਤਰੀਕਾ ਨਾਲ ਕਿਤਾਬ ਵੀ ਲਿਖੀ ਆ ਹੂੰ ਉਹਨੂੰ 8 ਮਹੀਨੇ ਹੋ ਗਏ ਪ੍ਰਿੰਟ ਹੋਈ ਨੂੰ ਵੀ ਹੂੰ ਹੂੰ ਮੈਂ ਉਹਦੇ 'ਚ ਵੀ ਲਿਖਿਆ ਸੀ ਵੀ ਸਰਕਾਰ ਨੂੰ ਚਾਹੀਦਾ 1/3 ਬੱਚੇ ਇੱਕ ਦਿਨ ਭੇਜੇ ਤਾਂ ਕਿ ਬੈਂਚ ਤੇ ਜਿਸੇ ਤਿੰਨ ਬੱਚੇ ਬੈਣਾ ਇੱਕੋ ਹੀ ਬੈਠੇ ਉੱਥੇ ਹੂੰ 1/3 ਆ ਜੇ ਭੇਜਦੇ 1/3 ਘੱਟ ਨੂੰ ਭੇਜਦੇ 1/3 ਪਰਸਨ ਭੇਜਦੇ ਉਹ ਸੇਮ ਸਵੇਪ ਸਾਜਿਆ ਪੜਾਇਆ ਜਾਵੇ ਸੇਮ ਦੂਜੇ ਦੀ ਸੇਮ ਤੀਜੇ ਦੇ ਨਾਲ ਹੁਣ ਜਦ ਬਿਨਾ ਸੋਚੇ ਸਮਝੇ رائے ਦੇ ਨਾਲ ਨੇ ਘੰਟੇ-ਘੰਟੇ ਵਾਦ ਕਲਾਸ ਪੜਾ ਲਓ ਜੀ ਤੁਸੀਂ ਸੋਚੋ ਵੀ ਇਹ ਘੰਟੇ-ਘੰਟੇ ਵਾਦੀ ਕਿ ਕਲਾਸ ਪੜਾਓਗੇ ਸਕੂਲ ਤੇ ਸਾਰਾ ਦਿਨ ਚੱਲੀ ਜਾਊਗਾ ਹੂੰ ਫਿਰ ਦੋ ਸ਼ਿਫਟਾਂ ਲਾ ਦਿਓ ਜੀ ਦੋ ਸ਼ਿਫਟਾਂ ਵਾਸਤੇ ਟੀਚਰ ਕਿਥੋਂ ਲਿਆਓਗੇ ਹੂੰ ਟੀਚਰ ਤਾਂ ਨਹੀਂ ਨੇ ਸੋ ਇਹਦਾ ਤਰੀਕਾ ਇਹ ਹੈ ਕਿ ਇੱਕ ਦਿਨ ਤੁਸੀਂ ਤਿੰਨ ਦਿਨ ਉਹੀ ਚੈਪਟਰ ਪੜਾਓ ਬੱਚਾ ਟੋਟਲ ਸਟੱਡੀ ਨਾਲੋਂ ਨਹੀਂ ਟੁੱਟੇਗਾ ਹੂੰ ਦੋ ਦਿਨ ਬੈਠ ਕੇ ਉਹਨੂੰ ਕਹੋ ਵੀ ਭਾਈ ਤੂੰ ਘਰੇ ਘਰੀ ਜਾਈਂ ਹੀ ਇਹ ਆਨਲਾਈਨ ਕਨੈਕਟ ਹੋ ਸਕਦਾ ਹਾਂਜੀ ਜੀ ਕਨੈਕਟ ਨਹੀਂ ਨਾ ਵੀ ਕਨੈਕਟ ਹੋਵੇ ਠੀਕ ਹੈ ਤੁਹਾਡੀ ਗੱਲ ਕਨੈਕਟ ਹੋ ਸਕਦਾ ਪਰ ਮੈਂ ਕਹਿੰਦਾ ਕਨੈਕਟ ਵੀ ਨਾ ਹੋਵੇ ਮੰਨ ਲਓ ਪਿੰਨਪੰਨਾ ਚ ਕੋਈ ਕਨੈਕਸ਼ਨ ਨਹੀਂ ਜੋ ਹੋਣਾ ਵੀ ਹੈ ਗਰੀਬ ਆਦਮੀ ਦੇ ਕਿੱਛੇ ਸਰਕਾਰੀ ਸਕੂਲਾਂ ਦੇ ਵਾਸਤੇ ਜੀ 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 ਉਹਨੂੰ ਕਿਹਾ ਜਾ ਸਕਦਾ ਹੈ ਵੀ ਆਹ ਤੈਨੂੰ ਕਰਾਤਾ ਸੀ ਐਨਾਕ ਤੂੰ ਆਪੇ ਫੜਨੀ ਉਹ ਪੜੇ ਨਾ ਪੜੇ ਉਹ ਕਹਿਤਾ ਸਕਦੇ ਨੇ ਕਿਉਂਕਿ ਤੀਜੇ ਦੇ ਫੇਰ ਆਉਣਾ ਉਹਨੇ ਚਾਰ ਦਿਨਾਂ ਬਾਅਦ ਸਾਡੇ ਕੋਲੇ ਜਦੋਂ ਸਾਡਾ ਇਨ ਟੱਚ ਰਹੇਗਾ ਤਾਂ ਉਹਦੀ ਆਦਤ ਬਣੇਗੀ ਪੜਨ ਦੀ ਤੇ ਤੀਜਾ ਤੀਜਾ ਹਿੱਸਾ ਖੋਲਣ ਦੀ ਬਜਾਏ ਇਹਨਾਂ ਨੇ ਇਕੱਠੇ ਫਿਰ ਪਹਿਨਾ 9ਵੀਂ 10ਵੀਂ 11ਵੀਂ ਦੇ ਖੋਲੇ 12ਵੀਂ ਦੇ ਫਿਰ ਇੱਕ ਲੱਖ ਦੀ ਨਰਸਰੀ ਵਾਲੇ ਵੀ ਖੋਲਤੇ ਤੁਸੀਂ ਫਿਰ 6ਵੀਂ 7ਵੀਂ 8ਵੀਂ ਦੇ ਕਲਾਸਾਂ ਸ਼ੁਰੂ ਕਰ ਦੋ ਹੌਲੀ ਹੌਲੀ ਪ੍ਰਾਇਮਰੀਆਂ ਕਰ ਲੋ ਹੌਲੀ ਹੌਲੀ ਨਰਸਰੀ ਨਾ ਕਰੋ ਸੋ ਬਿਨਾ ਸੋਚੇ ਸਮਝੇ ਬਿਨਾ ਯੋਜਨਾਬੰਦੀ ਕਰੇ ਬਿਲਕੁਲ ਹਾਫੜਾ ਦਫਰੀ ਚ ਪ੍ਰਾਈਵੇਟਾਂ ਨੂੰ ਖੁਸ਼ ਕਰਨ ਵਾਸਤੇ ਸਕੂਲ ਖੋਲੇ ਗਏ ਸੀ ਇਹ ਮੈਂ ਅੱਜ ਵੀ ਕਹਣਾ ਤੇ ਮੈਂ ਪਹਿਲਾਂ ਵੀ ਕਹਣਾ ਇਹ ਗਲਤ ਖੋਲੇ ਗਏ ਸੀ ਤਰੀਕਾ ਖੋਲਨੇ ਚਾਹੀਦੇ ਸੀ ਕਿ ਹਾਂਜੀ ਅਗਲੇ ਵੀ ਹੋ ਰਹੇ ਸੀ ਇਹ ਸਕੂਲ ਨਾ ਜਾਣ ਕਰਕੇ ਵੀ ਬੱਚੇ ਔਖੇ ਹੋ ਰਹੇ ਸੀ ਇਹ ਗੱਲ ਤੋਂ ਖੁੰਢੇ ਗਏ ਇਹ ਇਹ ਕਿਤੋਂ ਤੱਕ ਸਹੀ ਗੱਲ ਹੈ ਜੀ ਜਿਹੜੇ ਛੋਟੇ ਬੱਚੇ ਕਹਿੰਦੇ ਡਿਪਰੈਸ਼ਨ ਵੱਲ ਨੂੰ ਤੁਰ ਪਏ ਸੀਗੇ ਪੰਜਾਬ ਦੇ ਕੁਝ ਆਪਮੇ ਚਮਣੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਰ ਪਏ ਸੀ ਬੱਚਿਆਂ ਦੇ ਵਿੱਚ ਭਾਂਤੀਆਂ ਪੈਦਾ ਹੋ ਗਈਆਂ ਬੱਚੇ ਸਾਰਾ ਦਿਨ ਟੀਵੀ ਤੇ ਲੱਗੇ ਰਹਿੰਦੇ ਸੀ ਬਾਹਰ ਜੋ ਮਰਜੀ ਇੱਕ ਡਿਸਪਲਨ ਹੁੰਦਾ ਲਾਈਫ ਦਾ ਮੈਂ ਇੱਕ ਛੋਟੀ ਜੀ ਅੱਧੇ ਮਿੰਟ ਦੀ ਗੱਲ ਸੁਣਾਵਾਂਗਾ ਅੱਧੇ ਤੋਂ ਵੀ ਘੱਟ ਜੀ ਮੈਂ ਨੌਂਵੀਂ ਚ ਪੜਦਾ ਸੀ ਛੁੱਟੀਆਂ ਦੇ ਉੱਤੇ ਇੱਕ ਡਿਬੇਟ ਹੋਣੀ ਸੀ ਹੂੰ ਹੂੰ ਤੇ ਛੁੱਟੀਆਂ ਦੇ ਹੱਕ 'ਚ ਤਾਂ ਹਰੇਕ ਬੰਦੇ ਨੂੰ ਚਾਹ ਸੀ ਹਰਮਾਸਟਰ ਸਾਹਿਬ ਨੇ ਬੁਲਾ ਕੇ ਕਹਿੰਦੇ ਯਰ ਲਾਲ ਤੈਨਾਂ ਛੁੱਟੀਆਂ ਦੇ ਉਲਟ ਬੋਲਣਾ ਹੂੰ ਹੂੰ ਜੀ ਮੈਂ ਉਲਟ ਬੋਲਾਂਗਾ ਮੈਨੂੰ ਤਾਂ ਦੋਨੇ ਪਾਸੇ ਹੀ ਪਤਾ ਨਹੀਂ ਤੇ ਦੋਨੇ ਪੱਖ ਪਤਾ ਨਹੀਂ ਹੂੰ ਹੂੰ ਮੈਂ ਜਦ ਫੋਲੇ ਆ ਉਥੇ ਡਿਪਟੀ ਕਮਿਸ਼ਨਰ ਆਏ ਹੋਏ ਸੀ ਉਸ ਵਕਤ ਮਿਸਟਰ ਭੇਦੀ ਹੁੰਦੇ ਸੀ ਤੇ ਮਨੋਂਗੇ ਮੈਨੂੰ ਇੱਕ ਕਿਸਮ ਦੀ ਜੱਫੀ ਪਾ ਲਈ ਉਹਨਾਂ ਨੇ ਵੀ ਕਮਾਲ ਹੈ ਹੂੰ ਮੈਂ ਕਿਹਾ ਵੀ ਜਦ ਛੁੱਟੀਆਂ ਹੁੰਦੀਆਂ ਨਾ ਬੱਚਾ ਮਾਂ ਕਹਿੰਦੀ ਪੁੱਤ ਉੱਠ ਖੜਾ ਸੂਰ ਚੜ ਗਿਆ ਮਾਂ ਅੱਜ ਕਿਹੜਾ ਸਕੂਲ ਜਾਣਾ ਹੈ ਨੰਬਰ 1 ਜੀ 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 ਹਾਂ ਫਿਰ ਮੈਨੂੰ ਨਾਉਂਦਾ ਹੀ ਨਹੀਂ ਨਾਉਂਦਾ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੂੰ ਹੈ ਉਹ ਕਿਤਾਬ ਉਹ ਕਹਿੰਦਾ ਸਫੇ ਡਿਕਣਾ ਸ਼ਾਮ ਨੂੰ ਲਿਖ ਲਾਂਗੇ ਉਹਦਾ ਕੋਈ ਟਾਈਮ ਨਹੀਂ ਰਹਿੰਦਾ ਉਹਦਾ ਕੋਈ ਡਿਸਪਲਿਨ ਨਹੀਂ ਰਹਿੰਦਾ ਉਹਦੇ ਉੱਤੇ ਕੋਈ ਕੁੰਡਾ ਨਹੀਂ ਰਹਿੰਦਾ ਹੂੰ ਹੂੰ ਉਹ ਬਾਕੀਆਂ ਨੂੰ ਮਿਲਦਾ ਹੋਰ ਤਾਂ ਹੈ ਸਕੂਲ 'ਚ ਇੱਕ ਡਿਸਪਲਿਨ ਹੈ ਸੋ ਮੈਂ ਜਿਹੜੀ ਗੱਲ ਕਹਿਣਾ ਬੱਚਾ ਸਕੂਲ ਦੇ ਵਿੱਚ ਗਰੂਮ ਅਪ ਹੁੰਦਾ ਚਾਹੇ ਉੱਥੇ ਪੜ੍ਹਾਈ ਚੰਗੀ ਹੁੰਦੀ ਹੈ ਜਾਂ ਮਾੜੀ ਹੁੰਦੀ ਹੈ ਅਸੀਂ ਉਸ ਨੂੰ ਗਰੂਮ ਅਪ ਕਰਨ ਦਾ ਤੀਜਾ ਤੀਜਾ ਹਿੱਸਾ ਬੱਚੇ ਜਦ ਮਰਜ਼ੀ ਭੇਜ ਦੇ ਇੱਕ ਗੱਲ ਹੋਰ ਛੋਟੀ ਕਰਕੇ ਇਹ ਗੱਲ ਨੂੰ ਖਤਮ ਕਰਾਂਗਾ ਮੈਂ ਕਿਉਂਕਿ ਆਪਣਾ ਟਾਈਮ ਵੀ ਹੋ ਰਿਹਾ ਹੈ ਸਰਕਾਰ ਦੀ ਨਰਕੀ ਕਿੱਥੇ ਹੈ ਹਮ ਜਦ ਖੁੱਲ ਗਏ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਸਾਡੇ 55% ਅਸਲ 55% ਟੀਚਰ ਨੇ ਜਿਨ੍ਹਾਂ ਨੂੰ ਸਿੰਗਲ ਡੋਜ਼ ਲੱਗਿਆ ਵੈਕਸੀਨ ਦੀ ਹਮ 80% ਨੇ ਜਿਨ੍ਹਾਂ ਨੂੰ ਟੋਟਲ ਡੋਜ਼ ਲੱਗਿਆ ਉਹਨਾਂ 55 ਚੋਂ ਜੀ ਕਿ ਜੇ ਤੁਹਾਡੇ ਟੀਚਰ 16 ਮਹੀਨਿਆਂ ਚ ਵੈਕਸੀਨੇਸ਼ਨ ਨਹੀਂ ਕਰਾ ਸਕੇ ਤੇ ਤੁਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਭਾਈ ਜਾਂ ਤਾਂ ਵੈਕਸੀਨੇਸ਼ਨ ਕਰਾ ਲਓ ਆਪਦਾ ਨਹੀਂ ਤਨਖਾਹ ਨਹੀਂ ਕਰੇ ਬੈਠਣ ਦੇਣੀ ਇਹ ਤਾਂ ਕਹਿ ਸਕਦੇ ਜੇ ਡਾਕਟਰਾਂ ਨੂੰ ਪੈਰਾਮੈਡੀਕਲ ਸਟਾਫ ਨੂੰ ਕਹਤਾ ਵੀ ਤੁਹਾਨੂੰ ਕੰਪਲਸਰੀ ਹੈ ਵੈਕਸੀਨੇਸ਼ਨ ਕਰਾਉਣੀ ਜੀ 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 ਫਿਰ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਕਿਹਾ ਵੀ ਜਾਂ ਤਾਂ ਆਪਦੀ ਵੈਕਸੀਨੇਸ਼ਨ ਕਰਾ ਲਓ ਨਹੀਂ ਤੁਹਾਡੀ ਤਨਖਾਹ ਬੰਦ ਰਹੇਗੀ ਉਹਨਾਂ ਚਿਰ ਨਾ ਕਰਾਓ ਤੁਹਾਨੂੰ ਮਜਬੂਰ ਨਹੀਂ ਕਰਦੇ ਜਿੰਨ ਤਨਖਾਹ ਨਹੀਂ ਰੱਖਦੇ ਸੇਸ਼ਨ ਕਰਾਉ ਪੁਨਾ ਕੀ ਹੈ ਫਿਰ ਜਿਹਨੇ ਨਹੀਂ ਕਰਾਈ ਉਹਨੂੰ ਕਹਤਾ ਚੰਗਾ ਤੂੰ ਘਰੇ ਬਹਿ ਜਾ ਫਿਰ ਤਾਂ ਸੋਖਾ ਹੀ ਕੰਮ ਹੈ ਵੀ ਨਾਮ ਹੈ ਵੈਕਸੀਨੇਸ਼ਨ ਕਰਾਵਾਂਗਾ ਕਹਿੰਦੇ ਨਾ ਨਾਮ ਤੇਲ ਹੋਗਾ ਨਾਰਾ ਦਾ ਨੱਚੇਗੀ ਨਾ ਨੱਚੇਗੀ ਨਾਮ ਹੈ ਵੈਕਸੀਨੇਸ਼ਨ ਕਰਾਵਾਂਗਾ ਭੜਾ ਹੋਇਆ ਮੇਰਾ ਚਟਕਾ ਟੁੱਟਾ ਜਿੰਦ ਦਾ ਜਾਬੋ ਛੁੱਟੀ ਉਧਰੋਂ ਵੈਕਸੀਨ ਝਿੰਡਿਆ ਉਧਰੋਂ ਜਾਣ ਦਾ ਕਿਹੜਾ ਛੁੱਟ ਗਿਆ ਇਹ ਜਿਹੜਾ ਤੋਹ ਤਰੀਕਾ ਸਰਕਾਰ ਦਾ ਇਹਦਾ ਮਤਲਬ ਸਰਕਾਰ ਨੇ ਪੂਰਾ ਵੀ ਨਹੀਂ ਸੋਚਿਆ ਵੀ ਸਾਡੇ ਕਿੰਨੇ ਟੀਚਰਾਂ ਨੂੰ ਵੈਕਸੀਨੇਸ਼ਨ ਲੱਗੀ ਆ ਜੇ ਨਹੀਂ ਲੱਗੀ ਤਾਂ ਕੀ ਕਰਨਾ ਹੈ ਉਹਨਾਂ ਨੂੰ ਸਜ਼ਾ ਦੇਣੀ ਹੈ ਉਹਨਾਂ ਨੂੰ ਤਨਖਾਹ ਵਾਸਤੇ ਕਹਿਣਾ ਨਹੀਂ ਕਹਿਣਾ ਇਹ ਤਾਂ ਸੌਖਾ ਤਰੀਕਾ ਹੋ ਗਿਆ ਮੈਂ ਵੈਕਸੀਨੇਸ਼ਨ ਕਰਾ ਲਈ ਤੁਸੀਂ ਵੈਕਸੀਨੇਸ਼ਨ ਕਰਾ ਲਈ ਤੁਹਾਨੂੰ ਤਾਂ ਖਰਚਾ ਕਰਕੇ ਸਕੂਲ ਜਾਣਾ ਪੈ ਰਿਹਾ ਮੈਂ ਕਰਾਈ ਨਹੀਂ ਕਰਦਾ ਜੀ ਜੀ ਮੈਨੂੰ ਕਰੇਦਾ ਠੰਡਾ ਮੌਕਾ ਮਿਲ ਗਿਆ ਤਨਖਾਹ ਵੀ ਨੂੰ ਫੇਰ ਮਿਲ ਜਾ ਰਹੀ ਹੈ ਡਾਕਟਰ ਸਾਹਿਬ ਬਹੁਤ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲਾਂ ਸਮਝਾ ਰਹੇ ਹੋ ਜੀ ਕਰਦਾ ਹੋਰ ਲੰਮੇ ਚੱਲੀਏ ਕੁਐਸਚਨ ਤਾਂ ਹੋਰ ਬਹੁਤ ਨੇ ਪਰ ਅੱਜ ਆਪਾਂ ਖਦਸ਼ੇ ਦੂਰ ਕੀਤੇ ਇੱਕ ਦੋ ਹਫ਼ਤੇ ਤਾਂ ਹੀ ਫੇਰ ਆਪਾਂ ਮੁੱਦਿਆਂ ਤੇ ਹੋਰ ਆਵਾਂਗੇ ਡਾਕਟਰ ਸਾਹਿਬ ਅਖੀਰ ਦੇ 1 ਮਿੰਟ ਦੇ ਵਿੱਚ ਨਾ ਮੈਂ ਇੱਕ ਗੱਲ ਕਹੂੰਗਾ ਹਾਂਜੀ ਪਰਮਾਤਮਾ ਤੁਹਾਨੂੰ ਤੁਹਾਡੇ ਵਰਗੀਆਂ ਸਖਸ਼ੀ ਤੁਹਾਨੂੰ ਲੰਮੀ ਉਮਰ ਦੇਵੇ ਐਡਵਾਈਜ਼ਰ ਤੁਸੀਂ ਬਣੇ ਸਦਾਰਨ ਨਵਜੋਤ ਸਿੰਘ ਸਿੱਧੂ ਦੇ ਮੁਬਾਰਕਾਂ ਕੋਈ ਹੋਰ ਪਾਰਟੀ ਵਾਲਾ ਆ ਕੇ ਵੀ ਪੁੱਛੂਗਾ ਭਾਰਤੀ ਜਨਤਾ ਪਾਰਟੀ ਉਹ ਵੀ ਸਾਡੀ ਪਾਰਟੀ ਆ ਸਾਡਾ ਦੇਸ਼ ਤੁਹਾਡਾ ਆ ਜਿਹੜੀਆਂ ਕਿਸਾਨ ਅੰਦੋਲਨ ਦਾ ਕਰਕੇ ਜਿਹੜੀਆਂ ਇੱਕ ਦੂਜੇ ਉੱਤੇ ਥੋੜੀਏ ਵਖਵੇ ਪੈ ਰਿਆ ਨਾ ਇਹ ਵੀ ਤੁਹਾਡੇ ਅਰਗੇ ਸ਼ਕਤੀਆਂ ਵਿੱਚ ਪਾ ਕੇ ਹੀ ਇੱਕ ਕੰਮ ਖਤਮ ਹੋ ਸਕਦਾ ਕਿਉਂਕਿ ਉਹ ਦੇਸ਼ ਆਪਣਾ ਆ ਤੁਸੀਂ ਦੇਖ ਲਿਆ ਕਿ ਆਹ ਅਫਗਾਨਿਸਤਾਨ ਚ ਕੀ ਹਾਲ ਹੋ ਰਿਹਾ ਆਪਾਂ ਉਹ ਚੀਜ਼ ਨਹੀਂ ਹੋਣੀ ਸਾਡਾ ਭਾਰਤ ਦੇਸ਼ ਮਹਾਨ ਰਹੇ ਸਿਗਾਤ ਰਹੂਗਾ ਵੀ ਜੇ ਤੁਹਾਡੇ ਅਰਗੇ ਬੰਦੇ ਹੈਗੇ ਆ ਐਡਵਾਈਸ ਲੈਣ ਤੁਹਾਡ ਕੋਈ ਵੀ ਪਾਰਟੀ ਵਾਲਾ ਹੋਵੇ ਰਹਿੰਦੀ ਜ਼ਿੰਦਗੀ ਤੱਕ ਕੋਸ਼ਿਸ਼ ਇਹ ਕਰਿਓ ਕਿ ਤਰਾਤਲ ਦੇ ਤਰਾਤਲ ਤੇ ਉਹਨਾਂ ਚੀਜ਼ਾਂ ਦਾ ਤਰਾਤਲ ਦੇ ਉੱਤੇ ਉਹਦਾ ਫਾਇਦਾ ਹੋਵੇ ਪੰਜਾਬ ਤੇ ਪੰਜਾਬੀ ਤੇ ਸਾਡਾ ਭਾਰਤ ਫਿਰ ਤਰੱਕੀਆਂ ਦੀ ਲੀਹਾਂ ਤੇ ਜਾਵੇ ਉਹ ਜਿਹੜੇ ਮੁੱਦੇ ਆ ਨਾ ਉਹਨਾਂ ਤੇ ਕੋਈ ਫਰਕ ਪਵੇ ਗੱਲਾਂ ਦਾ ਕੜਾ ਤਾਂ ਮੈਂ ਵੀ ਬਹੁਤ ਕਰ ਲੈਣਾ ਤੇ ਹੋਰ ਵੀ ਬਹੁਤ ਕਰ ਲੈਂਦੇ ਹੋਣਗੇ ਪਰ ਆਪਾਂ ਨੂੰ ਗੱਲਾਂ ਸਿੱਧਾ ਜਿਹੜਾ ਉਹ ਅਸਰ ਹੋਵੇ ਇੱਥੇ ਥੱਲੇ ਤਾਈ ਜਾਵੇ ਮੇਰੇ ਕਹਿਣ ਦਾ ਮਤਲਬ ਸਮਝ ਗਏ ਨਾ ਉੱਤੇ ਕੋਸ਼ਿਸ਼ ਕਰਿਓ ਬਸ ਇੱਕ ਨਾ ਹੀ ਕਹਿਣੀ ਚਾਹਾਂਗਾ ਜੀ ਤੁਸੀਂ ਹੁਣ ਵੀ ਮੰਨੋਗੇ ਵੀ ਮੇਰੇ ਤੋਂ ਬੀਜਪੀ ਵਾਲੇ ਵੀ ਰਹਿ ਲੈਣਗੇ ਮੈਨੂੰ ਕਾਲੀ ਵੀ ਲੈ ਲੈਂਦੇ ਮੈਨੂੰ ਕਾਂਗਰਸੀ ਵੀ ਲੈ ਲੈਂਦੇ ਨੇ ਮੈਨੂੰ ਆਪ ਵਾਲੀ ਵੀ ਲੈ ਲੈਂਦੇ ਨੇ ਔਰ ਮੈਂ ਜਿਹੜੀ ਇੱਥੇ ਤੱਕ ਵੀ ਹੁੰਦੀ ਆ ਕਈ ਵਾਰੀ ਇੱਕ ਲਾਸਟ ਲਾਈਨ ਕਹਾਂਗਾ ਕੋਈ ਮੈਨੂੰ ਆ ਕੇ ਕਹਿੰਦਾ ਜੀ ਅਸੀਂ ਨਾ ਸਰਕਾਰ ਦੇ ਖਿਲਾਫ ਸਟੇਟਮੈਂਟ ਦੇਣੀ ਆ ਅਸੀਂ ਆਹ ਕਹਿਣਾ ਚਾਹੁੰਦੇ ਆ ਮੰਨ ਲਓ ਜੀ ਜੀ ਮੈਂ ਨੂੰ ਕਹਾਂਗਾ ਜੀ ਇਹ ਕਹੋਗੇ ਤੁਸੀਂ ਫਸ ਜਾਓਗੇ ਤੁਹਾਡੀ ਦਿੱਲੀ ਵਾਲੀ ਸਰਕਾਰ ਨੂੰ ਆਏ ਕਹਿ ਦੇਣਗੇ ਜਾਂ ਭਲਾਂ ਦੇ ਸੁਭਿਚਾਰ ਨੂੰ ਤੁਹਾਡੀ ਨੂੰ ਆਏ ਕਹਿ ਦੇਣਗੇ ਜੀ ਜੀ ਜੇ ਤੁਸੀਂ ਸਰਕਾਰ ਦੇ ਖਿਲਾਫ ਸਟੇਟਮੈਂਟ ਦੇਣੀ ਆ ਤੇ ਲੋਕਾਂ ਦਾ ਭਲਾ ਕਰਨਾ ਹੈ ਤੇ ਆਹ ਗੱਲ ਕੋ ਸਰਕਾਰ ਨੂੰ ਵੀ ਆਹ ਸਰਕਾਰ ਨੇ ਕਰੀ ਨਹੀਂ ਇਹ ਕਰੀ ਏ ਕਰੇ ਏ ਕਰੇ ਬਸ ਉਹ ਹੀ ਕਹਿਣਾ ਕਿ ਆਪਣਾ ਭਲਾ ਹੋਵੇ ਗਰਾਉਂਡ ਲੈਵਲ ਤੇ ਜਾ ਕੇ ਡਾਕਟਰ ਸਾਹਿਬ अर्ली ਮੋਰਨਿੰਗ ਆ ਉੱਥੇ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਖਿਆਲ ਰੱਖਣਾ ਜੀ ਆਪ ਦਾ ਧੰਨਵਾਦ ਦਰਸ਼ਕੋ ਇਹਨਾਂ ਐਸਨ ਡਾਕਟਰ ਪਿਆਰੇ لال ਗਰਗ ਜਿਹੜੇ ਖਦਸ਼ੇ ਸੀ ਸਾਡੇ ਇੱਥੋਂ ਦੇ ਦਰਸ਼ਕਾਂ ਦੇ ਜਿਹੜੇ ਮੈਸੇਜ ਆ ਰਹੇ ਸੀ ਸਾਰੀ ਕਲੈਰੀਫਿਕੇਸ਼ਨ ਕਰਤੀ ਹੈ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ ਬਹੁਤ ਸੋਣਾ ਆਪਣੇ ਕੋਲ ਹੋਰ ਮੁੱਦੇ ਸੀਗੇ ਜਿਹੜੇ ਆਪਾਂ ਨਹੀਂ ਚੱਕ ਸਕੇ ਪਰ ਫਿਰ 1-2 ਹਫ਼ਤੇ ਤੱਕ ਇਹਨਾਂ ਨੂੰ ਲੈ ਕੇ ਆਵਾਂਗੇ ਅੱਜ ਮੈਨੂੰ ਗੁਰਲਾਲ ਹੁੰਦੇ ਆਜ਼ਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ